ਮੈਂ ਦੋਵੀ ਆ ਗਈ। ਲੈ ਤੁਸੀਂ ਸਾਰਿਆਂ ਨੇ ਕਾਫੀ ਪੀ ਵੀ ਲਈ, ਉਹ ਖਾਣ ਨੂੰ ਸਮਾਨ ਤਾਂ ਮੈਂ ਹੁਣ ਲੈ ਕੇ ਆਈ ਆ। ਐ ਕਰੋ ਦੀਦੀ, ਫਿਰ ਹੁਣ ਐ ਹੀ ਖਾਓ ਸਮਾਨ। ਲਿਆ ਵੀ ਲਿਆ ਭਾਬੀਏ, ਐ ਹੀ ਸਹੀ। ਮੰਮੀ ਜੀ ਲੋ, ਤੁਸੀਂ ਵੀ ਲੋ। ਮਿੰਦੋ ਕਿੰਨੀ ਬਦਲ ਗਈ, ਬਸ ਐ ਹੀ ਰਹੇ। ਵੀਰ ਜੀ ਤੁਸੀਂ ਵੀ ਲੋ। ਉਹ ਨਹੀਂ ਨਹੀਂ ਭੈਣੇ, ਮੇਰੀ ਤਾਂ ਪਹਿਲਾਂ ਹੀ ਟੈਂਕੀ ਫੁੱਲ ਆ, ਮੇਰੇ ਤੋਂ ਨਹੀਂ ਕੁਛ ਖਾ ਹੋਣਾ। ਲੈ ਖਾਣਾ ਕਿਉਂ ਨਹੀਂ, ਇੱਕ ਪੀਸ ਤਾਂ ਤੁਹਾਨੂੰ ਖਾਣਾ ਹੀ ਪੈਣਾ, ਆ ਲੋ ਖਾਓ। ਤੂੰ ਨਹੀਂ ਭੈਣੇ ਮੰਨਣਾ। ਆ ਲੈ ਮਨਪ੍ਰੀਤ, ਤੈਨੂੰ ਤਾਂ ਮੈਂ ਆਪਣੇ ਹੱਥਾਂ ਨਾਲ ਖਵਾਊ। ਲੋ ਵੀਰ ਜੀ ਤੁਸੀਂ ਵੀ ਲੋ। ਮੈਂ ਨਾ ਰਸੋਈ ਦੇ ਵਿੱਚ ਮਾੜਾ ਜਿਹਾ ਕੰਮ ਰਹਿੰਦਾ, ਬਸ ਉਹ ਨਵੇੜ ਕੇ ਹੁਣੀ ਆਈ। ਮੰਮੀ ਮਿੰਦੋ ਭਾਬੀ ਕਿੰਨਾ ਬਦਲ ਗਿਆ ਨਾ, ਸਾਰਿਆਂ ਦਾ ਕਿੰਨਾ ਖਿਆਲ ਰੱਖਦੇ ਆ। ਹਾਂ ਮਿੰਦੋ ਕਾਫੀ ਬਦਲ ਗਏ। ਅੱਜ ਮੇਰੇ 9 ਪੁੱਤ ਤੇ ਦੋਨੇ ਧੀਆਂ ਤੇ ਦੋਨੇ ਜਵਾਈਆਂ ਨੂੰ ਇਕੱਠੇ ਦੇਖ ਕੇ ਮੇਰਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਹਾਂ ਮੰਮੀ, ਪਰਮਾਤਮਾ ਏਦਾਂ ਹੀ ਸਾਰਿਆਂ ਦੀ ਖੁਸ਼ੀਆਂ ਬਰਕਰਾਰ ਰੱਖੇ। ਇਹ ਸਾਰਾ ਕੁਛ ਜੀਜਾ ਜੀ ਕਰਕੇ ਹੋਇਆ, ਜੇ ਜੀਜਾ ਜੀ ਉਸ ਟਾਈਮ ਸਾਡੀ ਮਦਦ ਨਾ ਕਰਦੇ ਤਾਂ ਅਸੀਂ ਪਤਾ ਨਹੀਂ ਕਿੱਥੇ ਧੱਕੇ ਖਾਂਦੇ ਹੋਣਾ ਸੀ। ਉਹ ਨਹੀਂ ਦੇਵ, ਮੇਰੇ ਕਰਕੇ ਕੁਛ ਨਹੀਂ ਹੋਇਆ, ਇਹ ਤਾਂ ਮੰਮੀ ਕਰਕੇ ਹੋਇਆ। ਜੇ ਮੰਮੀ ਕਿਤੇ 23 ਕਿੱਲੇ ਨਾ ਵੇਚਦੇ ਤਾਂ ਮੈਂ ਵੀ ਕੁਛ ਨਹੀਂ ਕਰ ਸਕਦਾ ਸੀ। ਮੰਨਿਆ ਮੈਂ 23 ਕਿੱਲੇ ਵੇਚੇ ਨੇ, ਪਰ ਬਾਹਰ ਅੰਦਰ ਦਾ ਸਾਰਾ ਕੰਮ ਤਾਂ ਤੈਂ ਹੀ ਦੇਖਿਆ। ਉਹ ਚਲੋ ਛੱਡੋ, ਮਾੜਾ ਟਾਈਮ ਸੀ ਨਿਕਲ ਗਿਆ ਨਾ, ਹੁਣ ਆਪਾਂ ਮਾੜਾ ਟਾਈਮ ਕਦੇ ਯਾਦ ਹੀ ਨਹੀਂ ਕਰਨਾ। ਕਿਉਂ ਠੀਕ ਹੈ ਨਾ ਅਮਨ? ਹਾਂਜੀ, ਜਦੋਂ ਵੀ ਮਿਲਾਂਗੇ ਸਾਰੇ ਹੱਸਦੇ ਖੇਡਦੇ ਮਿਲਾਂਗੇ, ਹੁਣ ਪੁਰਾਣੀ ਕੋਈ ਗੱਲ ਯਾਦ ਕਰਕੇ ਆਪਣਾ ਮਨ ਦੁਖੀ ਨਹੀਂ ਕਰਨਾ। ਹਾਂ ਅਮਨ ਬਿਲਕੁਲ ਸਹੀ ਕਿਹਾ, ਹੁਣ ਆਪਾਂ ਚੱਲੀਏ, ਲੇਟ ਹੋ ਰਹੇ ਹਾਂ। ਮੈਂ ਨਾ ਕਿਸੇ ਨੂੰ ਮਿਲਣਾ, ਬਹੁਤ ਜ਼ਰੂਰੀ, ਇੰਤਜ਼ਾਰ ਕਰਦਾ ਮੇਰਾ ਕੋਈ। ਉਹ ਸਾਰੇ ਮੇਰੇ ਵੱਲ ਐਂ ਕਦੋਂ ਦੇਖੀ ਜਾਂਦੇ ਹੋ? ਉਹ ਮੈਨੂੰ ਗਲਤ ਨਾ ਸਮਝੋ, ਉਹ ਮੈਂ ਕਿਸੇ ਤੋਂ ਐਡਵਾਂਸ ਲੈਣਾ, ਉਹਦੇ ਕੋਲ ਜਾਣਾ ਸੀ। ਉਹ ਕੀ ਗੱਲ, ਤੁਸੀਂ ਮੇਰੇ 'ਤੇ ਸ਼ੱਕ ਕਰਦੇ ਹੋ ਸਾਰੇ ਜਾਣੇ? ਉਹ ਮੈਂ ਕਿਹੜਾ ਇਕੱਲੇ ਨੇ ਜਾਣਾ, ਉਹ ਅਮਨ ਨੇ ਮੇਰੇ ਨਾਲ ਹੀ ਜਾਣਾ। ਉਹ ਨਹੀਂ ਨਹੀਂ ਪੁੱਤ, ਅਸੀਂ ਤੇਰੇ 'ਤੇ ਸ਼ੱਕ ਕਿਉਂ ਕਰਾਂਗੇ? ਹਾਂਜੀ ਹਾਂਜੀ, ਚੱਲ ਮਨਪ੍ਰੀਤ ਆਪਾਂ ਵੀ ਚੱਲੀਏ, ਮੈਂ ਹੋਟਲ ਵੀ ਜਾਣਾ, ਫਿਰ ਕੰਮ ਕਰ ਦੇਖਣਾ। ਉਹ ਹਜੇ ਕਿਤੇ ਨਹੀਂ ਜਾਣਾ, ਮੈਂ ਰੋਟੀ ਬਣਾ ਰਹੀ ਹਾਂ, ਰੋਟੀ ਖਾ ਕੇ ਜਾਣਾ ਤੁਸੀਂ। ਉਹ ਨਹੀਂ ਨਹੀਂ, ਰੋਟੀ ਰੋਟੀ ਨਹੀਂ ਖਾਣੀ, ਐਵੇਂ ਖੇਚਲ ਨਾ ਕਰਿਓ। ਬਾਕੀ ਹੋਟਲ ਆਇਓ ਕਦੇ, ਗੋਲ ਗੱਪੇ ਖਵਾਵਾਂਗੇ। ਸਮਝ ਕੀ ਰੱਖਿਆ ਉਹਨਾਂ ਨੇ ਮੈਨੂੰ, ਮੈਂ ਉਹਨਾਂ ਦੀ ਨੌਕਰ ਰੱਖੀ ਹੋਈ ਆ। ਇੰਨੇ ਪਿਆਰ ਦੇ ਨਾਲ ਮੈਂ ਕੌਫੀ ਬਣਾਈ, ਸਮਾਨ ਪੁੱਛਿਆ, ਇੰਨੀ ਸੇਵਾ ਕੀਤੀ, ਤੇ ਜਾਂਦਾ ਹੋਇਆ ਮੈਨੂੰ ਕੀ ਟੌਂਟ ਮਾਰ ਕੇ ਗਿਆ ਕਿ ਗੋਲ ਗੱਪੇ ਖਾਣੇ ਆ ਤਾਂ ਹੋਟਲ ਤੇ ਆ ਜਿਓ। ਚੱਲ ਫੇਰ ਕੀ ਹੋ ਗਿਆ, ਜੀਜਾ ਮੇਰਾ ਇੱਕ ਅੱਧਾ ਮਜ਼ਾਕ ਕਰਤਾ ਤੇਰੇ ਨਾਲ, ਯਾਰ ਤੂੰ ਗੱਲ ਹੀ ਦਿਲ ਤੇ ਲਾ ਲਈ। ਦਿਲ ਤੇ ਵੀ ਲੱਗੀ ਆ ਤੇ ਦਿਮਾਗ ਦੇ ਵਿੱਚ ਵੀ ਵੜ ਗਈ। ਅਸਲ ਵਿੱਚ ਨਾ ਉਹਦੇ 'ਚ ਹੰਕਾਰ ਆ ਗਿਆ ਪੈਸੇ ਦਾ। ਉਹ ਨਹੀਂ ਨਹੀਂ ਮਿੰਦੋ, ਤੇਰੀ ਗਲਤ ਫਹਿਮੀ ਆ, ਵੈਸੇ ਹੀ ਮੂੰਹੋਂ ਨਿਕਲ ਗਿਆ ਹੋਣਾ ਜੀਜਾ ਜੀ ਦੇ। ਹੰਕਾਰ ਕਿਉਂ ਆਊਗਾ ਜੀਜਾ ਜੀ ਨੂੰ, ਉਹਨਾਂ ਨੂੰ ਤਾਂ ਇੱਕ ਪੈਸੇ ਦਾ ਹੰਕਾਰ ਨਹੀਂ। ਬਸ ਇਹ ਗੱਲ ਚੁਭੀ ਮੇਰੇ ਵੀ ਬਹੁਤ ਆ। ਤੁਹਾਡੇ ਕਾਹਨੂੰ ਚੁਭੀ ਆ, ਤੁਸੀਂ ਤਾਂ ਬੜਾ ਹੁੱਬ ਹੁੱਬ ਕੇ ਕਹਿੰਦੇ ਸੀ, ਅਸੀਂ ਤਾਂ ਤੁਹਾਡੇ ਕਰਕੇ ਬਚ ਗਏ, ਅਸੀਂ ਤਾਂ ਤੁਹਾਡੇ ਕਰਕੇ ਇਸ ਘਰ ਦੇ ਵਿੱਚ ਆ। ਤੁਸੀਂ ਇਹ ਕਿਵੇਂ ਭੁੱਲ ਗਏ, ਇਹ ਸਾਰੇ ਕਾਸੇ ਦਾ ਜ਼ਿੰਮੇਵਾਰ ਉਹ ਵੀ ਤੁਹਾਡਾ ਜੀਜਾ ਹੀ ਸੀ। ਆਪਾਂ ਜਿਹੜੇ ਮਾੜੇ ਹਾਲਾਤਾਂ ਦੇ ਵਿੱਚ ਰਹੇ ਹਾਂ ਨਾ, ਉਹਦਾ ਜ਼ਿੰਮੇਵਾਰ ਵੀ ਤੁਹਾਡਾ ਜੀਜਾ ਹੀ ਸੀ, ਅਤੇ ਮੈਂ ਇਹ ਕਦੇ ਨਹੀਂ ਭੁੱਲ ਸਕਦੀ। ਭੁੱਲ ਮੈਂ ਵੀ ਨਹੀਂ ਸਕਦਾ, ਉਹ ਮੈਂ ਆਲੀਸ਼ਾਨ ਮਹਿਲਾਂ 'ਚ ਰਹਿਣ ਵਾਲਾ ਬੰਦਾ ਫੀਤਾ ਬਸਤੀ 'ਚ ਜਾ ਕੇ ਰਿਹਾ, ਮੱਛਰਾਂ ਦੇ ਵਿੱਚ। ਮੈਨੂੰ ਹੱਥੀਂ ਕੰਮ ਕਰਨ 'ਤੇ ਮਜਬੂਰ ਕਰਤਾ ਸੀ ਇਸ ਬੰਦੇ ਨੇ, ਭੁੱਲ ਮੈਂ ਵੀ ਨਹੀਂ ਸਕਦਾ ਅਤੇ ਨਾ ਮੈਂ ਭੁੱਲਿਆ। ਅਤੇ ਤੁਹਾਡੀ ਵੱਡੀ ਭੈਣ ਅਮਨ ਇੱਕ ਰਾਤ ਨਹੀਂ ਸੀ ਉਹ ਤੋਂ ਆਪਣੇ ਘਰ ਰੱਖ ਹੋਇਆ, ਆਪਾਂ ਨੂੰ 2 ਮਿੰਟਾਂ ਦੇ ਵਿੱਚ ਨਾ ਘਰੋਂ ਬਾਹਰ ਕੱਢਤਾ। ਇਹ ਸਾਰੀਆਂ ਗੱਲਾਂ ਨਾ ਮੇਰੇ ਦਿਲ 'ਤੇ ਲਿਖੀਆਂ ਹੋਈਆਂ ਨੇ, ਉਹਨਾਂ ਨੇ ਕਿੰਨੀ ਬੇਇੱਜ਼ਤੀ ਕੀਤੀ ਹੈ ਨਾ, ਮੈਂ ਕਦੇ ਭੁਲਾ ਨਹੀਂ ਸਕਦੀ।
फिर भी सारिया गल्लां मैं अपने ढिड दे विच रख के उन्हां दी आओ भगत कर रही हाँ। पर देव ज्यादा देर नहीं, हाँ ज्यादा देर नहीं, देव तुसी जेड़ा कुछ भी करना ना जल्दी करो। किथे रह गए ये? तकरीबन सारा समान बाहर कट लिया, टैची भी पैक हो गया। आजो जी आजो 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 लंघे हो, देखो जी आहा घर अपना परफेक्ट। मेन रोड ते इन्नी वड्डी जगह, जानू मैनू ये जगह पसंद है, मैं अपना शोरूम इत्थे ही खोलना। किवें लगिया जी घर? मेरी वाइफ नू पसंद आ। ओह पसंद आओ भी किवें नहीं, दो बेडरूम बने हुए ने थले, किचन है, बाथरूम है, उपर भी सेम बनया होया, डबल स्टोरी आ। डबल स्टोरी तो असी की लेना, असी तो ढा देना, असी तो शोरूम खोलना इत्थे। हाँ हाँ चाहे तुसी शोरूम खोलो, चाहे इत्थे जेड़ा कुछ मर्जी बनाओ, जब जगह ही थोड़ी होगी फिर जो कुछ मर्जी करो। हाँ जी, किन्नी डिमांड है फिर थोड़ी इस जगह दी? ओ साडी डिमांड ता छड्डो, तुसी दसो किन्ना क दे दोगे? असी इहदा कह दां, असी इहदा 1.5 करोड़ दे दांगे। ओ 1.5 करोड़ बस? ओ मेन रोड ते आ जी जगह, थोड़ा जा देखो ता सही। मेन रोड ते आ भाजी, ताही ता 1.5 करोड़ कहा, बाकी साडा उपर लग भी बहुत जाना है, फ्रंट भी थोड़ा घट है। ओ मेन रोड ते ता खोखे नहीं मान जी, फिर भी मैं थोनू बनी हुई जगह दे रहा, मेरी ता 2.25 करोड़ दी डिमांड सी, तुसी 2 करोड़ ता करो। 2 करोड़ किथे भाजी, इन्ना कित्थों कर दांगे? चलो ना थोड़ी ना साडी, 2.25 करोड़ ते गल मुकाने आ। चलो ठीक है जी, पर रजिस्ट्री ना एदी 2-3 दिन च करवा लियो, मेरे को ज्यादा टाइम नहीं हैगा। सानू थोड़े ना ज्यादा काली आ, आपा थोनू सवेरे अद्धी पेमेंट दिन्ने आ ते परसों रजिस्ट्री वेले पूरी पेमेंट दे दिन्ने आ। ठीक है जी, फिर कराओ कागज तैयार, तुसी अस्ता फिर घुग्गियो ही मारनी आ। थोनू हुण मैं की कहां ते की ना कहां? ले हुण मैं की करता, की होया? तुसी ता आए मूफली अंगू घर बेचण लगे होए हो, ओ कम से कम किसी नू बारों पुछता लो भी इहदा भा की आ। ओ ना, जद मैं तेनू पहला पुछया उदो तू आप ही हां कीती आ, नाले मेरी गल सुन, बारों भा पता कीता मैं, 1.5 करोड़ तो कोई उपर नहीं दंदा। चलो ए ता शाबाश आ थोड़ी, पर फिट्टे लान ता थोड़े ते, मेनू कह के समान कठा करन नू ते तुसी घर हजे तक लभिया नहीं, ए ता बेचता ना, हुण आपां रहना किथे आ, किराए ते? ओ क्यों फिकर करदी आ, हुण तेनू मैं किराए ते रखूंगा। थोनू ता काली पई आ रजिस्ट्री कराउण दी, मेनू फिकर होई जांदी आ भी सिर तो छत चली जानी आ। ओ छत किते नहीं जांदी, मैं देखिया होया घर अपने रहण वास्ते। अच्छा, पर किथे के देखिया होया? ओ घर मैं एही जी थां ते देखिया होया जिथे चिड़ी भी नहीं फड़क सकदी। अच्छा, एदा मतलब खुफिया ठिकाणा। मेनू एक गल दसो, जे सारे कपले बारे किते गुरचरण नू पता लग गया फिर? ओ ता उनू एक ना एक दिन पता लगना ही है। ओ 2.25 करोड़ दी जगह बदले आपा ता उनू 50 लाख ही दिता, ओ भी ओदे अपने ने, ते ओदियां किस्तां भी उन्हें आप ही भरनियां ने। ओ उनू ता बेचारे नू पता ही नहीं भी ओदे नाल बनना की आ, सानू कोर्ट च घड़ीसदा सी, हुण खावे आप कोर्ट च धक्के। ओ किन्नी जहरी भाबी आ तू, ओ तुसी केड़ा घट हो, जुग नू जुग टकरिया होया। ते 1 किलो दही और फिर साग तब करी जाने हो?
ਉਹ ਅਸੀਂ ਤਾਂ ਹਿਸਾਬ ਕਿਤਾਬ ਕਰੀ ਜਾਂਦੇ ਆ, ਤੁਸੀਂ ਦੱਸੋ ਜਾਇਆ ਏ ਸੋਹਰੇ? ਹਾਂ ਗਗਨ, ਸੋਹਰੇ ਤਾਂ ਜਾਇਆ ਆ ਮੈਂ। ਤੈਨੂੰ ਪਤਾ ਇਸ ਵਾਰੀ ਅਸੀਂ ਸਾਰਿਆਂ ਨੇ ਇਕੱਠੇ ਬਹਿ ਕੇ ਗੱਲਾਂ ਕੀਤੀਆਂ, ਬਹੁਤ ਵਧੀਆ ਲੱਗਿਆ ਇੰਨੇ ਟਾਈਮ ਬਾਅਦ ਸਾਰਿਆਂ ਨੂੰ ਮਿਲ ਕੇ। ਗੁਰਚਰਨ ਵੀਰੇ, ਮੈਨੂੰ ਤਾਂ ਬਹੁਤ ਖੁਸ਼ੀ ਹੋਈ ਸਾਰੇ ਰਿਸ਼ਤੇ ਦੁਬਾਰਾ ਜੁੜ ਗਏ, ਆਪਣਿਆਂ ਵਰਗੀ ਤਾਂ ਰੀਸ ਹੀ ਨਹੀਂ ਹੁੰਦੀ। ਉਹ ਤਾਂ ਹੈ ਵੀਰੇ, ਪਰ ਆਪਣਾ ਇੱਕ ਇਹੋ ਜਿਹਾ ਰਿਸ਼ਤਾ ਬਣ ਗਿਆ ਨਾ, ਭਾਵੇਂ ਆਪਣਾ ਖੂਨ ਦਾ ਰਿਸ਼ਤਾ ਨਹੀਂ, ਪਰ ਜਿਹੜੀ ਗੱਲ ਦਿਲ ਖੋਲ ਕੇ ਮੈਂ ਤੇਰੇ ਨਾਲ ਕਰ ਲੈਂਦਾ ਨਾ, ਉਹ ਕਿਸੇ ਨਾਲ ਨਹੀਂ ਕਰਦਾ। ਉਹ ਖੁਸ਼ ਕੀਤਾ ਯਾਰ, ਆ ਤੂੰ ਗੁਰਚਰਨ ਇੱਧਰ ਆ। ਜੱਫੀ ਪਾ ਪਹਿਲਾਂ ਤਾਂ, ਮੈਨੂੰ ਮਾਣ ਆ ਯਾਰ ਤੇਰੀ ਯਾਰੀ ਤੇ। ਉਹ ਐਸੇ ਨੂੰ ਤਾਂ ਪੱਕੀ ਯਾਰੀ ਕਹਿੰਦੇ ਆ ਜਿਹੜੀ ਕਦੇ ਨਹੀਂ ਟੁੱਟਣੀ। ਆਏ ਕਿਵੇਂ ਟੁੱਟ ਜੂ, ਉਹ ਆਪਾਂ ਆਪਣੀ ਯਾਰੀ ਟੁੱਟਣ ਦੇਣੀ ਹੀ ਨਹੀਂ। ਗੁਰਚਰਨ ਵੀਰੇ, ਮੈਂ ਨਾ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਬੜੀ ਦੇਰ ਦਾ ਝਿਜਕਦਾ ਸੀਗਾ ਕਿ ਗੱਲ ਛੇੜਾਂ ਜਾਂ ਨਾ ਛੇੜਾਂ। ਹਾਂ ਹਾਂ, ਦੱਸ ਯਾਰ, ਇਹੋ ਜਿਹੀ ਕਿਹੜੀ ਗੱਲ ਆ ਜਿਹੜਾ ਝਿਜਕੀ ਜਾਂਦਾ? ਉਹ ਤੂੰ ਹੁਕਮ ਤਾਂ ਕਰ, ਤੇਰੇ ਲਈ ਜਾਨ ਹਾਜ਼ਰ ਆ। ਉਹ ਨਹੀਂ ਨਹੀਂ ਵੀਰੇ, ਯਾਰ ਯਾਰਾਂ ਦੀ ਜਾਨ ਥੋੜ੍ਹੀ ਲੈਂਦੇ ਹੁੰਦੇ ਨੇ। ਤੁਹਾਨੂੰ ਯਾਦ ਆ ਮੈਂ ਇਸ ਹੋਟਲ ਬਾਰੇ ਤੁਹਾਡੇ ਨਾਲ ਇੱਕ ਗੱਲ ਕੀਤੀ ਸੀ? ਇਸ ਹੋਟਲ ਬਾਰੇ ਤਾਂ ਬਹੁਤ ਗੱਲਾਂ ਕੀਤੀਆਂ ਆਪਾਂ, ਕਿਹੜੀ ਗੱਲ ਦੀ ਗੱਲ ਕਰਦੇ ਹੋ? ਉਹ ਆਹੀ ਕਿ ਹੋਟਲ ਦੇ ਪੈਸੇ ਮੈਂ ਕਿਸ਼ਤਾਂ 'ਚ ਦੇ ਦਿਆ ਕਰੂੰਗਾ। ਉਹ ਹਾਂ ਹਾਂ, ਕਿਸ਼ਤ ਵਾਲੀ ਕਿਹੜੀ ਗੱਲ ਆ, ਉਹ ਦੇ ਦਿਆ ਕਰੀ ਕਿਸ਼ਤਾਂ 'ਚ ਪੈਸੇ। ਤੂੰ ਇੱਕ ਛੱਡ, ਭਾਵੇਂ 2 ਮਹੀਨੇ ਬਾਅਦ ਕਿਸ਼ਤ ਦੇ ਦੀ, ਆਪਾਂ ਕਿਹੜਾ ਬੈਂਕ ਆ ਜਿਹੜਾ ਵਿਆਜ ਲੈਣਾ ਤੇਰੇ ਤੋਂ? ਘਰ ਵਾਲੀ ਗੱਲ ਆ ਆਪਣੀ। ਮੈਂ ਉਹ ਕਿਸ਼ਤਾਂ ਵਾਲੀ ਵੀ ਗੱਲ ਕਰਨੀ ਸੀ, ਹੁਣ ਆਪਾਂ ਨੂੰ ਕਿਸ਼ਤਾਂ 'ਚ ਪੈਸੇ ਦੇਣ ਦੀ ਲੋੜ ਹੀ ਨਹੀਂ। ਮੇਰੇ ਵੱਡੇ ਭਰਾ ਨੇ ਕਹਿਤਾ ਕਿ ਜਿਹੜੇ ਪੈਸੇ ਲੱਗਣਗੇ ਤੂੰ ਮੇਰੇ ਤੋਂ ਲੈ ਕੇ ਦੇ ਦੀ, ਮੈਂ ਤੁਹਾਨੂੰ ਸਾਰੇ ਪੈਸੇ ਦੇ ਦੂੰਗਾ, ਤੁਸੀਂ ਮੈਨੂੰ ਰਜਿਸਟਰੀ ਕਰਾ ਦਿਓ। ਉਹ ਲੈ ਵੀਰੇ, ਪੈਸੇ ਵਾਲੀ ਕਿਹੜੀ ਗੱਲ ਆ ਯਾਰ, ਤੁਸੀਂ ਭਾਵੇਂ ਕੱਲ੍ਹ ਰਜਿਸਟਰੀ ਕਰਾ ਲਓ, ਪੈਸੇ ਆਉਂਦੇ ਰਹਿਣਗੇ। ਨਹੀਂ ਨਹੀਂ ਵੀਰੇ, ਇਹ ਪੈਸਾ ਬਹੁਤ ਕੰਮ ਖਰਾਬ ਕਰਦਾ, ਆਪਾਂ ਆਪਣੇ ਵਿੱਚ ਪੈਸਾ ਨਹੀਂ ਆਉਣ ਦੇਣਾ, ਆਪਾਂ ਕੰਮ ਸਾਫ਼ ਰੱਖਣਾ। ਚੱਲ ਵੀਰੇ, ਜਿਵੇਂ ਤੇਰੀ ਮਰਜ਼ੀ, ਆਪਾਂ ਉਵੇਂ ਕਰ ਲਾਂਗੇ। ਮੈਂ ਵੀ ਫਿਰ ਕਿਤੇ ਹੋਰ ਜਗ੍ਹਾ ਦੇਖਦਾ, ਆਪਾਂ ਵੀ ਤਾਂ ਹੋਟਲ ਚਲਾਉਣਾ ਹੀ ਆ। ਜੇ ਜਾਣਾ ਹੋਇਆ ਵੀਰੇ ਮੈਨੂੰ ਵੀ ਦੱਸਿਓ, ਇਕੱਠੇ ਹੀ ਚੱਲਾਂਗੇ ਆਪਾਂ। ਹਾਂ ਹਾਂ, ਜਾ ਆਵਾਂਗੇ, ਤੂੰ ਦੇਖ ਇੱਥੇ, ਮੈਂ ਘਰੇ ਚੱਲਦਾ। ਬੰਦਾ ਇਹ ਯਾਰਾਂ ਦਾ ਯਾਰ ਆ ਯਾਰ। ਹਾਂ ਹਾਂ, ਆ ਗਿਆ, ਬਸ ਮੈਂ ਥੋੜ੍ਹੀ ਦੇਰ ਤੱਕ ਆ ਗਿਆ। ਅਮਨ, ਅੱਜ ਮੈਂ ਵਾਕਈ ਬਹੁਤ ਖੁਸ਼ ਹਾਂ। ਪਹਿਲਾਂ ਆਪਾਂ ਤੇਰੇ ਪੇਕੇ ਗਏ, ਹੁਣ ਆਪਾਂ ਐਡਵਾਂਸ ਲੈਣ ਚੱਲੇ ਹਾਂ। ਉਹ ਮੇਰੇ ਇਕੱਲੇ ਪੇਕੇ ਨਹੀਂ, ਤੁਹਾਡੇ ਸਹੁਰੇ ਵੀ ਲੱਗਦੇ ਨੇ। ਹਾਂ ਹਾਂ, ਲੱਗਦੇ ਨੇ। ਮੈਂ ਤਾਂ ਹੁਣ ਇਹ ਕਹਿੰਦੀ ਹਾਂ, ਪਰਮਾਤਮਾ ਹੁਣ ਐਂ ਪਿਆਰ ਬਣਾਈ ਰੱਖੇ, ਆਪਣੇ ਰਿਸ਼ਤੇ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਉਹ ਨਹੀਂ ਲੱਗਦੀ ਕਿਸੇ ਦੀ ਨਜ਼ਰ, ਬਸ ਤੂੰ ਮੇਰੇ ਤੇ ਯਕੀਨ ਰੱਖੀ। ਉਹ ਬੀਤਿਆ ਵਕਤ ਸੀ ਜੋ ਨਿਕਲ ਗਿਆ, ਹੁਣ ਆਪਾਂ ਪਿਆਰ ਨਾਲ ਤੇ ਹਮੇਸ਼ਾ ਖੁਸ਼ ਰਹਿਣਾ। ਉਹ ਤੁਹਾਡੇ ਤੇ ਮੈਨੂੰ ਆਪਣੇ ਨਾਲੋਂ ਵੀ ਵੱਧ ਯਕੀਨ ਹੈ। ਅੱਛਾ, ਇੰਨਾ ਯਕੀਨ ਕਰਦੀ ਹੈ ਮੇਰੇ ਤੇ? ਮੰਨ ਲਾ ਜੇ ਤੇਰੇ ਸਾਹਮਣੇ ਕੋਈ ਹੋਰ ਆ ਕੇ ਖੜ ਜਾਵੇ, ਰਾਤ ਕਈ ਆ ਕੇ ਖੜ ਜਾਵੇ, ਫਿਰ ਬੋਲੇ ਹੋ ਤੂੰ ਤਾਂ ਹੁਣ ਗੁੱਸਾ ਹੀ ਕਰ ਗਈ। ਉਹ ਬੂਟਰ ਹੁਣ ਤੇਰਾ, ਸਿਰਫ ਤੇਰੇ ਲਈ ਜੀਊਗਾ ਤੇ ਤੇਰੇ ਲਈ ਮਰੂਗਾ। ਲੈ ਖੁਸ਼ ਹੋ ਗਈ, ਬਸ ਏਦਾਂ ਹੀ ਖੜੀ ਰਿਹਾ ਕਰ ਸੂਰਜਮੁਖੀ ਵਾਂਗੂ। ਲੈ ਅਮਨ, ਮੈਂ ਨਾ ਇੱਥੋਂ ਪੈਸੇ ਲੈਣੇ ਆ, ਮੈਨੂੰ 10 ਮਿੰਟ ਲੱਗਣਗੇ। ਜੇ ਤੂੰ ਮੇਰੇ ਨਾਲ ਚੱਲਣਾ ਤਾਂ ਵੇਖ ਲਾ, ਜੇ ਤੂੰ ਗੱਡੀ 'ਚ ਬੈਠਣਾ ਤਾਂ ਦੇਖ ਲਾ। ਜੇ 10 ਮਿੰਟ ਹੀ ਲੱਗਣੇ ਆ ਤਾਂ ਐਂ ਕਰੋ, ਤੁਸੀਂ ਜਾਓ, ਮੈਂ ਗੱਡੀ 'ਚ ਬੈਠਦੀ ਹਾਂ। ਠੀਕ ਹੈ, ਜਿਵੇਂ ਤੇਰੀ ਮਰਜ਼ੀ। ਹਾਂਜੀ ਜਨਾਬ, ਆ ਗਿਆ ਮੈਂ, ਚਾਹੇ ਟਾਈਮ ਚੈੱਕ ਕਰ ਲਓ ਤੁਸੀਂ, ਜਿਹੜਾ ਟਾਈਮ ਤੁਸੀਂ ਦਿੱਤਾ ਸੀ। ਰਿਸ਼ਤੇਦਾਰ ਵੀ ਕਮੀਨੇ ਹੀ ਨੇ, ਬੰਦਾ ਕੀ ਕਰੇ, ਹਫ਼ਤਾ ਪਹਿਲਾਂ ਹੀ ਦੱਸਦੇ ਨੇ ਵੀ ਵਿਆਹ ਧਰਿਆ, ਵਿਆਹ ਦੀਆਂ ਤਿਆਰੀਆਂ ਕਰੇ ਕਿ ਕੰਮ ਕਰੇ। ਮੜੀ ਤੇਜ਼ ਚਲਾ ਲਾ ਇਹਨੂੰ, ਕੀ ਕੁਰਚ ਕੁਰਚ ਕਰੀ ਜਾਂਦਾ, ਇੰਨਾ ਕੰਮ ਪਿਆ ਦੇਣ ਵਾਲਾ।
जितनी तेज मोटर चल रहा उतनी तेज कर रहे हैं मैडम जी काम तो। ओ मोटर कट ते जबान तेरी ज्यादा चलदी है, चल ओनू बाद च घूर ली, पहला मेरी गल सुन ला। आ जा भेने, की गल बड़े दिन बाद गेड़ा मारिया? जदों कम पैना उदों ही आना तेरे कोले, क्यों ही गेड़े मारी जावा? चल ऊं भी आ जा कर, तेरी अपनी बुटीक है। अपनी बुटीक हाँ ताई आई हाँ। चल मेरी गल सुन, साढ़े ना प्रोग्राम आ गया, आ मेरे तीन सूट आ, मैनू कल शाम तक दे दे। कल शाम तक? ना ना भेने, इन्नी छेती कित्थे हो जू, मेरिया सारिया कुड़िया छुट्टी ते गईया ने, आ एक बंदा बिठाया ए भी बाहरों बुलाया। चल इतो ही करा दे, मैनू जरूरी चाहिए, तू ए कर मेरे तो 150 रुपये वध लै ली। ना ना भेने, 50-100 की गल नहीं हैगी, तेरे सूट इन्नी जल्दी तैयार नहीं होने, तू ए कर व्याह ते कोई होर सूट पा ली, मैं तेरे सूट बाद च तैयार कर दूंगी। बाद चो बूचो तो कोई नहीं, जे कर सकदी हाँ तो दस। ना भेने इन्नी छेती नहीं होना, तू कित होर करा ला, ना तू सुती पई सी, व्याह तो किन्नी देर का बन्या होना, तू सूट मेरे को अज लैके आई है, तू टाइम ते लैके आंदी ना तो मैं सूट सी भी दिंदी। हाँ नहीं सीने तो ना सियो, एवं गल्लां जीयां ना सुना मैनू, मैं कित होर सवा लूंगी। किवें बोल के गई है, मैं कोई मशीन हाँ जिहड़ी इन्नी जल्दी तेनू सूट सी के दे दिया? पिछले कई दिनों तो लोगों के मन में सिर्फ एको ही सवाल सी कि आखिर वोटां तो बाद मिस्टर देवगन गए किथे। आओ गल बात करते हाँ मिस्टर देवगन जी नाल, उन्हां तो ही असीं पुछांगे कि वह वोटां की हार तो बाद आखिर किथे चले गए सी। हाँ जी देवगन जी, तुसीं की कहना चाहोगे कि वोटां की हार तो बाद तुसीं किथे चले गए सी? मैं किथे जाना जी, मैं इत्थे ही सीगा। हाँ कईआं नूं मैं दिखिया नहीं, मैं अपने आप तो इस दुनियादारी तो एक किनारा कर लिया सी, मैं गरीबां दी बस्ती फीता बस्ती चलिया गया सी जी। फीता बस्ती? पर क्यों, तुसी ओथे की करन गए सी? फीता बस्ती दे विच मैं गरीबां दे नाल रहन गया सी। लोकां दे मन च सवाल है कि जेड़ा अपने भैणा दा नहीं होया ओ होर किसे दा की होएगा? बोलो देवगन जी, तुसी हुण बोल क्यों नहीं रहे जी? तुसी भैणा दा सवाल ना पुछो, इह साडा परिवारिक मामला, ते प्लीज इनू लोकां दे सामने ना लेके आओ। लेकिन मैम मेरा कोई अपना पर्सनल सवाल नहीं है जी, यह सवाल लोकां दे ने ते लोकां दे सवाल दा जवाब देना थोड़ा फर्ज बनदा है। जदों लोकी साढ़े तो सवाल पुछणगे ना, उन्हां नूं असीं अपने आप जवाब दे दांगे। फिलहाल जिहड़े तुहानूं पर्ची दे उत्ते असीं सवाल लिख के दित्ते आ ना, ओह पुछो। मैम ते साडा न्यूज़ चैनल है, कोई एडवरटाइजमेंट चैनल नहीं हैगा, असीं इस चैनल ते लोकां नूं सच दिखाउने आ, ते तुसीं अपने इस काम लई किसे होर नूं फड़ सकदे हो। ठीक है फिर असीं किसे होर चैनल नूं इंटरव्यू दे दांगे, ਤੁਹਾਡੇ ਨਾਲ ਅਸੀਂ ਇੰਟਰਵਿਊ ਕਰਨੀ ਹੋਈ ਨਹੀਂ। ਠੀਕ ਆ ਮੈਮ, ਜੇ ਤੁਸੀਂ ਸੱਚ ਨਹੀਂ ਦੱਸਣਾ ਤਾਂ ਅਸੀਂ ਜਾ ਰਹੇ ਹਾਂ, ਸਾਡੇ ਇੰਟਰਵਿਊ ਕਰਨ ਦਾ ਕੋਈ ਫਾਇਦਾ ਨਹੀਂ ਆ ਜੀ। खाली हथ तुरी आंदी है, लिफाफा कित्थे गया इहदा? नहीं भैणे गल सुनी एक मिनट। हाँ हुण कोई गल रह गई सुनाउणी? नहीं गल तो कोई नहीं रहिंदी, सूट दे आई सीने तू? हाँ सूट दे भी आई, ते अगली कहिंदी आ आथण नूं ही लै जी, अज शाम नूं ही मिल जाणे आ। अच्छा एडी केड़ी आ गई जिहड़ी तैनूं शाम नूं सूट भी दे दूगी सी के? दीवे थल्ले हनेरा ਤੈਨੂੰ ਦਿਖਾਵੇ ਕਿਹੜਾ, ਆ ਤੇਰੇ ਮੋੜ ਤੇ ਹੀ ਖੁੱਲਿਆ ਨਵਾਂ ਬੁਟੀਕ। ਮੇਰੇ ਮੋੜ ਤੇ? ਮੇਰੇ ਮੋੜ ਤੇ ਕਿਹੜਾ ਨਵਾਂ ਬੁਟੀਕ ਖੁੱਲ ਗਿਆ? ਜਾ ਕੇ ਦੇਖ ਲਾ, ਲੱਗ ਜੂਗਾ ਪਤਾ, ਨਾਲੇ ਤੂੰ 300 ਲੈਣੀ ਆ, ਉਹ 200 ਚ ਕਰਕੇ ਦਿੰਦੀ ਆ। ਅੱਛਾ 200 ਚ ਕਰਕੇ ਦਿੰਦੀ ਹੈ? ਹਾਂ ਜਾਣਦੇ ਹੁਣ ਮੈਨੂੰ, ਨਾਲੇ ਅੱਗੇ ਤੋਂ ਨਾ ਮੈਂ ਉਹਦੇ ਕੋਈ ਸਵਾਇਆ ਕਰੂੰਗੀ। ਤੂੰ ਦੁਕਾਨ ਦਾ ਧਿਆਨ ਰੱਖੀ, ਮੈਂ ਹੁਣੇ ਆਈ। ਕਿਤੇ ਮੈਨੂੰ ਪਛਾਣ ਹੀ ਨਾ ਲਵੇ। ਨਹੀਂ ਨਹੀਂ ਐਵੇਂ ਕਿਵੇਂ ਪਛਾਣ ਲੂਗੀ।
हैगे ने जी। हाँ जी दसो की काम सी जी। काम ओ सूट सवाना सी। अच्छा सूट सवाना सी, दीदी करियो गल। अच्छा ए है मालक। हाँ जी केड़ा सूट सवाना सी, नॉर्मल या पार्टी वेयर? पार्टी वेयर सवाना है, व्याह है साडे, शाम तक चाहिए, सी दोगे? शाम तक सी दांगे जी। शाम तक सी दोगे? पक्की गल करियो। हाँ जी हाँ जी पक्की गल है, 8 बजे नु दे देंगे। किन्नी सवाई? नॉर्मल दा 200, पार्टी वेयर दा 250। 250 च? 250 च सी के तुहानू बचदा की है? ए तां मैनू नहीं पता जी, ए तां मालका नु पता है। मालक कौन है तुहाडा, बुलायो जरा। तुसी मालका तो की लेना, तुहानू सूट मिल जूगा जदों तुसी लेना। नहीं नहीं मैनू तो तुहाडे मालका दी गरंटी चाहीदी आ। गरंटी मैं तुहानू देनी तां पई आ, तुसी आ जाइओ 8 बजे लै जाइओ सूट। तेरी गरंटी दा मैं की करना, तेरे मालक आके कहणगे तां मैं मनूंगी। एक मिनट मैं हुणे बुलाउनी। दीदी आयो माड़ा जिहा। हाँ पुत सिमू। दीदी तुसी आओ आओ बैठो। तू इत्थे की करदी आ? दीदी यह मेरा बुटीक आ। तेरा बुटीक? पर बाहर तां सिमरन लिखिया, तेरा नां तां मनप्रीत है। हाँ गुरु दा सिमरन जरूरी थोड़ी ना भी बंदे दे नाम दी बुटीक होना चाहिदा। अच्छा मैं गल करनी है तेरे नाल एक। हाँ जी दीदी दसो की गल करनी है। तू अपने सूटां दा रेट ना वधा लै, मेरे बुटीक ते असर पैंदा। मेरा बुटीक तां वधिया चलदा पिया इस रेट ते, मैं भला रेट क्यों वधावां? यानी तू रेट वधाना नहीं? नहीं मैं नहीं वधाउणा। जेड़े कम्मों तो मैं रोकदी सी ना ओही काम इन्हां ने फिर फड़ ले। कुत्ते दी पूंछ ने ए नहीं सिद्धे हो सकदे। मम्मी जी आलू चाह ले लो। मेरा नहीं दिल करदा चाह पीण नू, मैं नहीं पीनी। क्यों मम्मी तुसी चाह क्यों नहीं पीनी? थोड़ा गुस्सा चाह ते आ जा साडे ते? देख मिंदो जेड़ा कुछ आह देव करदा पिया ना ये ठीक नहीं। ऐसे गल्ला करके पहला जो कुछ होया पता नहीं लग्या। ओह तुसी ओ इंटरव्यू वाली गल ते गुस्से हो? आहो उसे गल ते गुस्से आ। हुण इहनूं भी कह दे भी सही गल आ, ओ गलत गल नूं तां मैं गलत ही कहूंगी। मम्मी जी मैनूं इक वारी बोल तां लैण दो। बोल जेड़ा कुछ बोलना। ਤੁਹਾਨੂੰ ਵੀ ਤਾਂ ਪਤਾ ਆ ਵੋਟਾਂ ਨੂੰ ਲੈ ਕੇ ਦੇਵ ਸੁਰਖੀਆਂ ਦੇ ਵਿੱਚ ਹਮੇਸ਼ਾ ਬਣੇ ਰਹਿੰਦੇ ਸੀ ਤੇ ਹੁਣ ਲੋਕ ਤਰ੍ਹਾਂ ਤਰ੍ਹਾਂ ਦੇ ਸਵਾਲ ਕਰ ਰਹੇ ਨੇ ਤੇ ਉਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਦੇਵ ਦਾ ਇੱਕ ਵਾਰੀ ਇੰਟਰਵਿਊ ਕਰਨਾ ਬਹੁਤ ਜ਼ਰੂਰੀ ਸੀ। ਮੰਮੀ ਤਾਂ ਹੀ ਇਹਨਾਂ ਸਾਰੀਆਂ ਗੱਲਾਂ ਤੋਂ ਬਾਹਰ ਨਿਕਲਾਂਗੇ। ਅੱਛਾ ਇਹ ਗੱਲ ਸੀ, ਮੈਂ ਤਾਂ ਕੁਛ ਹੋਰ ਹੀ ਸਮਝੀ ਜਾਂਦੀ ਸੀ। ਮੰਮੀ ਤੁਸੀਂ ਕੁਛ ਹੋਰ ਨਾ ਸਮਝੋ, ਅਸਲ ਦੇ ਵਿੱਚ ਨਾ ਅਸੀਂ ਬਹੁਤ ਗਲਤੀਆਂ ਕੀਤੀਆਂ ਨੇ, ਇਸੇ ਕਰਕੇ ਤੁਹਾਨੂੰ ਸਾਡੇ ਤੇ ਯਕੀਨ ਨਹੀਂ। ਨਹੀਂ ਨਹੀਂ ਪੁੱਤ ਮੈਨੂੰ ਤੁਹਾਡੇ ਤੇ ਪੂਰਾ ਯਕੀਨ ਆ, ਇਹੋ ਜਿਹੀ ਕੋਈ ਗੱਲ ਨਹੀਂ। ਜੇ ਮੰਮੀ ਤੁਹਾਨੂੰ ਸਾਡੇ ਤੇ ਯਕੀਨ ਹੁੰਦਾ ਨਾ ਤਾਂ ਤੁਸੀਂ ਮੈਨੂੰ ਪੁੱਛਦੇ ਹੀ ਨਹੀਂ। ਯਕੀਨ ਮੰਨੋ ਮੰਮੀ ਜੀ, ਅਸੀਂ ਕੋਈ ਵੀ ਕੰਮ ਆ ਨਾ ਤੁਹਾਤੋਂ ਪੁੱਛ ਕੇ ਕਰਾਂਗੇ, ਅਸੀਂ ਬਿਲਕੁਲ ਵੀ ਤੁਹਾਡੇ ਤੋਂ ਬਾਹਰ ਨਹੀਂ। ਆ ਲਓ ਮੰਮੀ ਹੁਣ ਚਾਹ ਪੀਓ। ਜਿਉਂਦੀ ਰਹਿ ਪੁੱਤ। ਅਸੀਂ ਤੁਹਾਡੀ ਕੋਈ ਵੀ ਗੱਲ ਨਹੀਂ ਮੰਨਣੀ ਮਾਤਾ ਜੀ, ਅਸੀਂ ਕਰਨਾ ਤਾਂ ਉਹੀ ਆ ਜਿਹੜਾ ਸਾਨੂੰ ਚੰਗਾ ਲੱਗੂਗਾ। ਓਏ ਆ ਜਾ ਹੁਣ, ਕਿੰਨਾ ਕੁ ਇੰਤਜ਼ਾਰ ਕਰਾਏਗੀ? ਕੁੱਤੇ ਦੀ ਪੂੰਛ ਕਦੇ ਸਿੱਧੀ ਨਹੀਂ ਹੋ ਸਕਦੀ,
ਇਹ ਸਾਡੀ ਟੇਢੀ ਦੀ ਟੇਢੀ ਰਹਿਣੀ। ਜੋ ਮਰਜ਼ੀ ਕਹਿ ਲਾ, ਮੈਂ ਤੇਰੀ ਗੱਲ ਦਾ ਗੁੱਸਾ ਨਹੀਂ ਕਰਨਾ। ਆਖਿਰਕਾਰ ਤੁਹਾਡੀ ਸਕੀਮ ਕੰਮ ਕਰ ਹੀ ਗਈ। ਹਾਂ ਰਾਧਿਕਾ, ਇਹ ਕਰਨਾ ਤਾਂ ਬਹੁਤ ਜ਼ਰੂਰੀ ਸੀ। ਜੇ ਅਮਨ ਨੂੰ ਦੇਵ ਜਾਂ ਕੋਈ ਹੋਰ ਦੱਸ ਦਿੰਦਾ ਨਾ, ਤਾਂ ਅਮਨ ਦਾ ਸਾਰਾ ਯਕੀਨ ਹੀ ਟੁੱਟ ਜਾਣਾ ਸੀ ਮੇਰੇ ਤੋਂ। ਇਸ ਕਰਕੇ ਸਾਰਾ ਕੁਝ ਮੈਂ ਆਪ ਹੀ ਕਰਤਾ। ਉਹ ਸਾਲਾ ਖਲਾਰਾ ਹੀ ਇੰਨਾ ਪੈ ਗਿਆ ਸੀ। ਖਲਾਰਾ ਵੀ ਤਾਂ ਤੁਸੀਂ ਆਪ ਹੀ ਪਾਇਆ, ਮੈਂ ਤਾਂ ਬਸ ਇਕੱਠਾ ਹੀ ਕਰਦੀ ਰਹਿੰਦੀ ਸੀ। ਪਰ ਮੈਨੂੰ ਇੱਕ ਗੱਲ ਦੱਸੋ ਜਨਾਬ, ਤੁਹਾਨੂੰ ਮੇਰੇ ਨਾਲ ਪਿਆਰ ਦੁਬਾਰਾ ਕਿਵੇਂ ਹੋਇਆ? ਹਾਏ ਪੁੱਛ ਨਾ ਰਾਧਿਕਾ, ਜਦ ਤੂੰ ਪਾਰਕ ਵਿੱਚ ਮੇਰਾ ਹੱਥ ਫੜ ਕੇ ਮੈਨੂੰ ਲੈ ਕੇ ਗਈ ਸੀ ਨਾ, ਪੁੱਤਰ ਸਾਹਿਬ ਰੁਕਣਾ ਨਹੀਂ ਹੈਗਾ, ਪੁੱਜੋ। ਬਚ ਗਏ ਪੁੱਤਰ ਸਾਹਿਬ ਤੁਸੀਂ? ਬਚਿਆ ਨਹੀਂ, ਬਚਾ ਲਿਆ ਤੂੰ। ਰਾਧਿਕਾ ਮੈਂ ਨਹੀਂ ਤੈਨੂੰ ਛੱਡ ਸਕਦਾ, ਤੂੰ ਮੇਰੀ ਜਾਨ ਬਚਾਈ ਹੈ, ਅੱਜ ਤੋਂ ਇਹ ਜਾਨ ਤੇਰੀ। ਮੈਨੂੰ ਤੁਹਾਡੀ ਜਾਨ ਨਹੀਂ ਚਾਹੀਦੀ ਜੀ, ਤੁਹਾਡਾ ਸਾਥ ਚਾਹੀਦਾ। ਮੈਨੂੰ ਨਾ ਆਪਣੀ ਜ਼ਿੰਦਗੀ 'ਚ ਵਾਪਸ ਲੈ ਆਓ। ਰਾਧਿਕਾ ਮੈਂ ਤੇਰੀ ਜ਼ਿੰਦਗੀ ਵਿੱਚ ਵਾਪਸ ਜਾਣ ਵਾਸਤੇ ਨਹੀਂ ਆਇਆ ਸੀ, ਮੈਂ ਤੈਨੂੰ ਬਹੁਤ ਚਾਹੁੰਦਾ ਸੀ। ਤੇਰੇ ਕਰਕੇ ਮੈਂ ਆਪਣਾ ਘਰ ਬਾਰ ਛੱਡੀ ਬੈਠਾ ਸੀ, ਹੋਰ ਤਾਂ ਹੋਰ ਮੈਂ ਤੈਨੂੰ ਵੀ ਘਰ ਲੈ ਕੇ ਦਿੱਤਾ ਤਾਂ ਕਿ ਤੈਨੂੰ ਕੋਈ ਤਕਲੀਫ ਨਾ ਹੋਵੇ। ਛੱਡਿਆ ਤੈਨੂੰ ਮੈਂ ਨਹੀਂ ਸੀ ਰਾਧਿਕਾ, ਤੂੰ ਛੱਡਿਆ ਸੀ ਉਹ ਗੰਜੇ ਜਿਹੇ ਮੰਤਰੀ ਨਾਲ ਰਲ ਕੇ। ਨਾ ਗੰਜਾ ਮੰਤਰੀ ਮੈਂ ਤੋਂ ਬਾਹਲਾ ਹੋ ਗਿਆ ਸੀ। ਨਹੀਂ ਨਹੀਂ ਪੁੱਤਰ ਸਾਹਿਬ, ਤੁਹਾਡੇ ਤੋਂ ਚੰਗਾ ਤਾਂ ਕੋਈ ਵੀ ਨਹੀਂ। ਪਰ ਮੈਂ ਵੀ ਕੀ ਕਰਦੀ, ਤੁਸੀਂ ਮੇਰਾ ਖਰਚਾ ਪਾਣੀ ਬੰਦ ਕਰਤਾ ਸੀ ਤਾਂ ਮੈਨੂੰ ਗੰਜੇ ਮੰਤਰੀ ਦਾ ਸਹਾਰਾ ਲੈਣਾ ਪਿਆ। ਜੇ ਇਹ ਗੱਲ ਹੈ ਨਾ, ਅੱਜ ਤੋਂ ਬਾਅਦ ਬੂਟਰ ਤੇਰਾ ਸਾਰਾ ਖਰਚਾ ਚੱਕੂਗਾ, ਪਰ ਇੱਕ ਵਾਰੀ ਅਮਨ ਨੂੰ ਮੇਰੇ 'ਤੇ ਵਿਸ਼ਵਾਸ ਹੋ ਜਾਣ ਦੇ, ਫਿਰ ਤੂੰ ਜਿੱਥੇ ਕਹੇਂਗੀ ਉੱਥੇ ਬੂਟਰ ਹਾਜ਼ਰ ਹੈ। ਠੀਕ ਹੈ ਬੂਟਰ ਸਾਹਿਬ, ਅੱਜ ਤੋਂ ਫਿਰ ਰਾਧਿਕਾ ਵੀ ਬੂਟਰ ਦੀ। ਯਾਦ ਆਇਆ ਕੁਛ, ਕਿੱਥੇ ਖੋ ਗਈ? ਹਾਂ ਆਇਆ ਯਾਦ, ਪਰ ਇੱਕ ਗੱਲ ਦੱਸੋ ਹੁਣ ਆਪਾਂ ਅੱਗੇ ਕੀ ਕਰਨਾ, ਕੀ ਸੋਚਿਆ ਹੁਣ ਤੁਸੀਂ? ਉਹ ਸੋਚਣਾ ਕੀ ਹੈ ਰਾਧਿਕਾ ਡਾਰਲਿੰਗ, ਇੱਕ ਵਾਰੀ ਅਮਨ ਦੀ ਸਾਰੀ ਪ੍ਰੋਪਰਟੀ ਮੇਰੇ ਨਾਂ ਹੋ ਜੇ, ਬਸ ਫਿਰ ਅਮਨ ਦਾ ਪੱਤਾ ਸਾਫ, ਬਸ ਇੱਕ ਫਿਰ ਤੂੰ ਤੇ ਇੱਕ ਮੈਂ, ਫਿਰ ਆਪਾਂ ਵਿਆਹ ਹੀ ਕਰਾ ਲਾਂਗੇ। ਵਿਆਹ? ਸੱਚੀ ਬੁੱਟਰ ਸਾਹਿਬ, ਤੁਸੀਂ ਮੇਰੇ ਨਾਲ ਕੋਈ ਲਾਰਾ ਤਾਂ ਨਹੀਂ ਲਾਓਗੇ, ਵਿਆਹ ਕਰਵਾਓਗੇ ਨਾ? ਹਾਂ ਕਰਾਊਂਗਾ, ਤੇ ਬੁੱਟਰ ਦੀ ਜਵਾਨ ਹੈ। ਸਦਕੇ ਜਾਵਾਂ ਤੁਹਾਡੀ ਜਵਾਨ ਤੇ, ਪਰ ਜੇ ਹੁਣ ਬਦਲ ਗਈ ਨਾ ਇਹ, ਤਾਂ ਮੈਂ ਬੁੱਢ ਵੀ ਦੇਣੀ ਆ। ਨਹੀਂ ਬਦਲਦੀ, ਪਿੰਕੀ ਪ੍ਰੋਮਿਸ। ਹਾਂਜੀ ਹਾਂਜੀ ਸਰ, ਪਹੁੰਚ ਗਿਆ ਮੈਂ ਦੁਕਾਨ 'ਤੇ, ਮਿਲ ਗਈ ਆ ਦੁਕਾਨ। ਨਹੀਂ ਨਹੀਂ ਕੰਮ ਕਰਕੇ ਆਊਂਗਾ ਸਰ, ਮੈਂ ਆ ਗਿਆ ਬਸ। ਵੀਰੇ ਅੱਜ ਬੈਂਕ 'ਚ ਨਾ ਕੈਸ਼ ਆਇਆ ਨਹੀਂ, ਮੈਂ ਤੁਹਾਨੂੰ ਕੱਲ੍ਹ ਨੂੰ ਪੈਸੇ ਕਢਾ ਕੇ ਦੇ ਦੂੰਗਾ, ਜਿੰਨੀ ਜਲਦੀ ਹੋਵੇ ਓਨਾ ਵਧੀਆ। ਯਾਰ ਵੀਰੇ ਪੈਸਿਆਂ ਦੀ ਕਿੱਡੀ ਗੱਲ ਆ, ਆ ਜਾਣਗੇ, ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਚਾਹੇ ਬਾਅਦ 'ਚ ਦੇ ਦੀ ਪੈਸੇ, ਉਹੀ ਟੈਨਸ਼ਨ ਲਈ ਜਾਂਦਾ। ਵੀਰੇ ਟੈਨਸ਼ਨ ਦੀ ਤਾਂ ਗੱਲ ਹੈ, ਕੰਮ ਨਿਬੜਿਆ ਚੰਗਾ ਹੁੰਦਾ। ਉਹ ਨਿਬੜ ਜੂਗਾ ਯਾਰ, ਗਗਨ ਤੂੰ ਤਾਂ ਇਹ ਕਹਿੰਦਾ ਮੈਂ ਕਿਤੇ ਚਲਿਆ ਜਾਣਾ, ਉਹ ਇੱਥੇ ਹੀ ਆ ਯਾਰ ਮੈਂ। ਹੈਲੋ ਆ ਹੋਟਲ ਦਾ ਮਾਲਕ ਕੌਣ? ਜਗ੍ਹਾ ਦੇਖ ਰਹੇ ਆ ਵੀਰੇ, ਚੱਲ ਰਹੀ ਆ ਦੋ ਤਿੰਨ ਜਣਿਆਂ ਨਾਲ ਗੱਲ, ਦੇਖਦੇ ਆ ਕਿੱਥੇ ਗੱਲ। ਹੋਟਲ ਦੇ ਮਾਲਕ ਤੁਸੀਂ ਵੀਰ ਜੀ? ਹਾਂਜੀ।
एक बैंक का नोटिस आया थोड़े नाल। बैंक का नोटिस? बीरे पता लग गया है कहदा नोटिस आ? मैं तो बैंक तो अज तक कोई कर्जा लिया नहीं, ना किसी का कुछ देना। ओ गुरचरण बीरे घबराउंदे क्यों, हो सकता है नोटिस गलती नाल आ गया होवे। ਇਹ ਨੋਟਿਸ ਗਲਤੀ ਨਾਲ ਨਹੀਂ ਆਇਆ ਵੀਰੇ। ਵੀਰੇ ਇਹ ਨੋਟਿਸ ਤੁਹਾਡੇ ਨਾਮ 'ਤੇ ਹੀ ਆ। ਜਿਹੜਾ ਤੁਸੀਂ ਬੈਂਕ ਤੋਂ ਕਰਜ਼ਾ ਲਿਆ ਨਾ, ਉਹ ਅਗਰ 10 ਦਿਨਾਂ ਦੇ ਅੰਦਰ ਅੰਦਰ ਤੁਸੀਂ ਨਾ ਜਮ੍ਹਾਂ ਕਰਾਇਆ ਤਾਂ ਤੁਹਾਡੀ ਪ੍ਰੋਪਰਟੀ ਰਿਕਵਰ ਕਰ ਸਕਦੀ ਹੈ। ਰਿਕਵਰ ਮਤਲਬ ਕਬਜ਼ਾ ਕਰਨਗੇ? ਇੱਕ ਮਿੰਟ ਮਨਪ੍ਰੀਤ। ਵੀਰੇ ਜਦ ਮੈਂ ਬੈਂਕ ਤੋਂ ਕੋਈ ਕਰਜ਼ਾ ਲਿਆ ਹੀ ਨਹੀਂ ਤਾਂ ਕਬਜ਼ਾ ਕਿਹੜੀ ਗੱਲੋਂ ਲੈਣਗੇ? ਦੇਖ ਗੁਰਚਰਨ ਵੀਰੇ, ਬੈਂਕ ਐਡੀ ਵੱਡੀ ਗਲਤੀ ਨਹੀਂ ਕਰ ਸਕਦਾ, ਬਿਨਾਂ ਗੱਲ ਤੋਂ ਨੋਟਿਸ ਨਹੀਂ ਭੇਜਦਾ। ਤੇ ਇਹ ਤਾਂ ਫਿਰ ਕਬਜ਼ੇ ਦਾ ਨੋਟਿਸ ਆ, ਤੇ ਇਹਦੇ 'ਚ ਲਿਖਿਆ ਹੋਇਆ ਵੀ ਤੁਸੀਂ ਪਿਛਲੇ 3 ਮਹੀਨਿਆਂ ਤੋਂ ਕਿਸ਼ਤ ਨਹੀਂ ਭਰਾਈ ਤੇ 4th ਮਹੀਨੇ ਤੁਹਾਨੂੰ ਨੋਟਿਸ ਭੇਜਿਆ ਉਹਨਾਂ ਨੇ। ਉਹ ਕਿਹੜੇ 3 ਮਹੀਨੇ? ਮੈਨੂੰ ਤਾਂ ਕੁਛ ਸਮਝ ਹੀ ਨਹੀਂ ਲੱਗਦੀ। ਮੈਂ ਅੱਜ ਤੱਕ ਕਿਸੇ ਬੈਂਕ ਤੋਂ ਕੋਈ ਕਰਜ਼ਾ ਲਿਆ ਹੀ ਨਹੀਂ ਤਾਂ ਕਿਸ਼ਤਾਂ ਕਿਹੜੀਆਂ ਨਹੀਂ ਭਰੀਆਂ ਮੈਂ? ਗੁਰਚਰਨ ਵੀਰੇ, ਬੈਂਕ ਤੇਰੇ ਵੱਲ ਬਹੁਤ ਮੋਟਾ ਕਰਜ਼ਾ ਦਿਖਾ ਰਿਹਾ ਤੇ ਭਰਨਾ ਤਾਂ ਤੈਨੂੰ ਪੈਣਾ। ਮੋਟਾ ਕਰਜ਼ਾ? ਕਿੰਨਾ ਕਰਜ਼ਾ ਦਿਖਾਇਆ ਹੋਇਆ ਵੀਰੇ? 2 ਕਰੋੜ ਦਾ ਕਰਜ਼ਾ ਵੀਰੇ। 2 ਕਰੋੜ? ਹਾਂਜੀ ਦੀਦੀ, ਤੁਹਾਡੇ ਸੂਟ ਤਾਂ ਦੀਦੀ ਕੱਲ੍ਹ ਦੇ ਤਿਆਰ ਕੀਤੇ ਪਏ ਨੇ, ਤੁਸੀਂ ਨਹੀਂ ਲੈਣ ਆਏ। ਚਲੋ ਠੀਕ ਆ ਦੀਦੀ, ਅੱਜ ਸ਼ਾਮ ਨੂੰ ਆ ਕੇ ਲੈ ਜਿਓ। ਓਕੇ। ਸਿੰਮੂ, ਤੂੰ ਤਾਂ ਸਿੱਧੀਆਂ ਹੀ ਸੀਣਾ ਮਾਰੀ ਜਾਂਦੀ ਆ। ਸਿੱਧੀਆਂ ਸੀਣਾ ਨਹੀਂ ਮਾਰਨੀਆਂ, ਕੱਪੜੇ ਨੂੰ ਨਾ ਮਾੜਾ ਜਿਹਾ ਇੱਦਾਂ ਘੁਮਾ ਕੇ ਸਕਰੋਲਾਂ ਮਾਰ। ਜਪ, ਤੂੰ ਤੀਰਾ ਕਿੰਨਾ ਕੱਟਿਆ? ਐਂ ਤਾਂ ਜਦ ਤੂੰ ਕਮੀਜ਼ ਤਿਆਰ ਕਰੇਂਗੀ ਕਸਟਮਰ ਦੇ ਮੋਢੇ ਡਿੱਗਣਗੇ। ਤੀਰਾ ਘੱਟ ਕੱਟਿਆ ਕਰ, ਹੁਣ ਇਹਨੂੰ ਛੱਡ ਦੇ। ਦੀਦੀ ਦੀਦੀ ਦੀਦੀ, ਕੀ ਹੋ ਗਿਆ? ਦੀਦੀ ਦੀਦੀ, ਮੂੰਹ ਕੀ ਦੇਖੀ ਜਾਂਦੀ ਆ? ਭਾਜੀ ਨੂੰ ਫੋਨ ਕਰ ਛੇਤੀ। ਹਾਂ ਹਾਂ ਹਾਂ, ਕਰਦੀ ਆ। ਹੈਲੋ। ਹਾਂਜੀ, ਕੌਣ ਜੀ? ਹੈਲੋ ਭਾਜੀ, ਮੈਂ ਜਪ ਬੋਲਦੀ ਆ ਬੁਟੀਕ ਤੋਂ। ਮਾੜੇ ਜਿਹਾ ਤੁਸੀਂ ਜਲਦੀ ਬੁਟੀਕ ਤੇ ਆਉਂਗੇ? ਉਹ ਮਨਪ੍ਰੀਤ ਦੀਦੀ ਗਿਰ ਗਏ। ਕੀ ਹੋਇਆ ਮਨਪ੍ਰੀਤ ਨੂੰ, ਕੀ ਗੱਲ ਹੋ ਗਈ? ਦੀਨ ਨੂੰ ਚੱਕਰ ਆ ਗਿਆ ਸੀ, ਇਸ ਟਾਈਮ ਵੀ ਹੋਸ਼ ਨੇ। ਮੈਂ ਆਇਆ ਹੁਣੇ, ਇੱਕ ਮਿੰਟ 'ਚ ਪਹੁੰਚਦਾ, ਆ ਗਿਆ ਬਸ। ਦੀਦੀ ਦੀਦੀ ਦੀਦੀ, ਉੱਠੋ। ਮਨਪ੍ਰੀਤ, ਉਹ ਕੀ ਹੋ ਗਿਆ, ਕੀ ਹੋਇਆ ਤੈਨੂੰ? ਮਨਪ੍ਰੀਤ ਉੱਠ, ਇੱਕ ਮਿੰਟ, ਇਹਨੂੰ ਉਠਾਓ, ਚੱਲ ਡਾਕਟਰ ਚੱਲੀਏ ਆਪਾਂ। ਉੱਠ, ਉਹ ਕੀ ਹੋ ਗਿਆ? ਹਾਂਜੀ ਡਾਕਟਰ ਸਾਹਿਬ, ਪਤਾ ਲੱਗਿਆ ਕੁਛ ਬੇਹੋਸ਼ ਕਾਹਤੇ ਹੋ ਗਏ ਸੀ? ਇਹਨਾਂ ਦਾ ਚੈੱਕਅਪ ਕਰਨ ਤੋਂ ਬਾਅਦ ਤਾਂ ਇੱਦਾਂ ਲੱਗ ਰਿਹਾ ਕਿ ਇਹਨਾਂ ਦੇ ਦਿਮਾਗ 'ਤੇ ਕੋਈ ਟੈਨਸ਼ਨ ਹੈ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਹਨਾਂ ਦਾ ਬੱਚਾ ਬਹੁਤ ਕਮਜ਼ੋਰ ਹੈ, ਇਹਨਾਂ ਦੇ ਦਿਮਾਗ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਦਬਦਬਾ ਨਾ ਰੱਖਿਆ ਜਾਵੇ। ਨਹੀਂ, ਚੰਗੀ ਮਾੜੀ ਤਾਂ ਜੀ ਇਹਨਾਂ ਨੂੰ ਕੋਈ ਨਹੀਂ ਕੁਛ ਕਹਿੰਦਾ। ਮੈਨੂੰ ਇੱਕ ਗੱਲ ਦੱਸੋ, ਘਰ ਦੇ ਵਿੱਚ ਹੀ ਆਲੇ ਦੁਆਲੇ ਕੋਈ ਪ੍ਰੋਬਲਮ ਤਾਂ ਨਹੀਂ ਚੱਲਦੀ ਪਈ? ਜੀ ਘਰ 'ਚ ਪ੍ਰੋਬਲਮ ਤਾਂ ਇੱਕ ਚੱਲ ਰਹੀ ਆ,
एक्चुअली बैंक तो एक नोटिस आया सी, शायद उस नोटिस नू लेके इन्हां दे दिमाग ते कोई लोड़ पै गया होवे। देखो जे इन्हां दा बीपी एदा ही हाई हुंदा रहा ना तो बच्चा भी उन्ना ही कमजोर होगा, ते जे इन्हां नू टेंशन होगी ना तो माँ ते बच्चे दोनों की जान दे लई खतरा भी है। खतरा? इसलिए जिन्ना हो सके इन्हां नू खुश रखो ते टेंशन तो दूर रखो, तो जिन्नी देर डिलीवरी नहीं ना हो जाती जिन्या भी टेंशन ने वो तुहाडे तक ही रहनिया चाहिदिया ने, इन्हां तक पहुँचनिया नहीं चाहिए। आज मौसम बड़ा बेईमान है, आज मौसम बड़ा बेईमान है। अमन तू? बुटर साहब बड़ी टोर कड़ी है, तुसी चले हो किथे? हाँ हाँ ओ एक मीटिंग सी जरूरी, उत्थे जाना। तुसी भुल गए, अज आपां जाना सी होस्टल अपनी धी नूं लैण, उहनूं छुट्टियां हो गईआं। ओ हाँ सच, उहनूं छुट्टियां हो गईआं। ओ तुसी कहिड़ी दुनिया च रहिंदे हो, मेरी ओ गल रिपीट करी जांदे हो, कल तां जे कुड़ी दा फोन आया। ओ मैं कहिड़ी दुनिया विच रहिणा, ओ कदे दिमाग चों निकल जांदी ए गल, इधर उधर हो जांदी आ, ओ बस काम दी थोड़ी टेंशन जी सी तां करके। चल हुण तां तुहानूं मैं याद कराता ना, चलो हुण चलीए। हुणे जाणा? ओ ए वी पंगा ही पै गया, जे राधिका कोले ना गया तां उहने गुस्सा कर जाणा, जे इहदे नाल ना गया तां इहने मूंह बणा लैणा। बुटरा अज तां तूं फेर फस गया। हैलो किहड़ियां सोचां चो, चलो बुटर साहब चलीए। ओ अमन तेनू दस्या था सी कम जरूरी आ, इहदा लखां दा नुकसान हो जाणा, तू ऐ कर तू कल्ली चली जा ते कुड़ी नू ले आ। ओ ऐ किवें कल्ली चली जावां, कुड़ी अगों मैनूं सौ सवाल करूगी कि मेरा प्यो क्यों नहीं आया, ते मैं हर वार दी तरह उहनूं इह कहां कि तेरा प्यो मीटिंग च बिजी आ, कुड़ी दे दिल ते की बीतूगी। ओ नहीं नहीं ओ कुड़ी मेरी बड़ी समझदार आ, मैं उहनूं ना फोन करके आपे समझा दिंदा। तू बस गल्लां ही करी जाया कर, मैनू ना पढ़न ना दई। गुरी डैडी दा फोन आ रहा, मैं ना बाद च गल करदी आं तेरे नाल। हैलो हाँ जी पापा। ओ किद्दां मेरी धी राणी, किद्दां मेरा पुत, ठीक है? मैं ठीक हाँ पापा, तुसी आ रहे हो ना? ओ नहीं पुत, मेरी गल तां ना गुस्सा ना करी, मेरे ना बहुत जरूरी मीटिंग आ, नहीं तो मैं जरूर आना सी, सॉरी पुत। जानी तुसी आ नहीं रहे ना, चलो कोई नहीं मैं आपे आ जाऊंगी। ओ नहीं नहीं पुत, कल्ली क्यों आएंगी तू, ओ तेरी मम्मी आउंदी पई है तेनू लैण वास्ते। तुसी मम्मी नू भी रहन दो, मैं ना अपने फ्रेंड नाल आ जाऊंगी। फ्रेंड नाल? ओ की मतलब है तेरा? मेरा मतलब है पापा मैं अपनी फ्रेंड ना आ जाऊंगी, उन्हें भी आना सीगा, चलो मैं बाद च गल करदी हां। हाँ जी। फोन कटता? अमन वो कहती मैं अपने फ्रेंड नाल आ जाऊं, जदों मैं पूछया तो उन्हें गल घुमाती, फोन बंद करता। बुटर साहब तुसी कहना की चाहते हो, साफ साफ दसो। मैं ये कहना चाहना समझा दी आपकी धी नूं कि उहदे प्यो ने धुप्प च वाल चिट्टे नहीं किते, जवानी मेरे ते भी आई सी, उहदे खाने गल पा दी जदों उह घरे आ गई, जे उहदी गल किसे मुंडे नाल सुन ली ना मैं उहनूं जानो मार दूं मैं। की अवतवा बोली जांदे हो पुटर साहब, अपनी धी इहो जी नहीं हैगी, तुहानूं कोई वहम होया? मैं भी यही कहना कि मेरा वहम ही होवे, नहीं तां मेरे गुस्से नूं जानदी नहीं। ਉਹ ਜਿੰਨਾ ਮੈਂ ਉਹਨੂੰ ਪਿਆਰ ਕਰਦਾ ਨਾ ਉਸ ਤੋਂ ਵੱਧ ਮੈਨੂੰ ਆਪਣੀ ਇੱਜ਼ਤ ਪਿਆਰੀ ਆ, ਜੇ ਮੇਰੀ ਇੱਜ਼ਤ ਤੇ ਆਂਚ ਆ ਗਈ ਨਾ ਤਾਂ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਗਗਨ ਫੋਨ ਕਰ ਯਾਰ ਗੁਰਚਰਨ ਨੂੰ, ਕਿੱਥੇ ਰਹਿ ਗਿਆ? ਉਹ ਗੁਰਚਰਨ ਨੂੰ ਤਾਂ ਮੈਂ ਫੋਨ ਕਰ ਦੇਣਾ, ਤੂੰ ਘੱਟੋ ਘੱਟ ਮੈਨੂੰ ਤਾਂ ਦੱਸ ਦੇ ਕੀ ਪਤਾ ਕਰਕੇ ਆਇਆ। ਪਤਾ ਤਾਂ ਮੈਨੂੰ ਬਹੁਤ ਕੁਛ ਲੱਗਿਆ, ਕੋਈ ਨਾ ਆ ਲੈਣ ਦੇ ਗੁਰਚਰਨ ਨੂੰ, ਤੁਹਾਨੂੰ ਇਕੱਠਿਆਂ ਨੂੰ ਹੀ ਦੱਸਦਾ। ਉਹ ਯਾਰ ਇਕੱਠਿਆਂ ਨੂੰ ਕੀ ਗੱਲ ਆ, ਤੂੰ ਮੈਨੂੰ ਦੱਸ ਦੇ ਮੈਂ ਆਪੇ ਉਹਨੂੰ ਦੱਸ ਦੂੰਗਾ। ਨਹੀਂ ਮੈਂ ਇਕੱਠਿਆਂ ਨੂੰ ਹੀ ਦੱਸੂੰਗਾ, ਉਹਨੂੰ ਆ ਲੈਣ ਦੇ,
नाले मैनू कहा भी सी मैं मीटिंग ते जाना फिर भी नहीं आया। ओ भाई कोई अड़चन पै गई होनी है नहीं तो टाइम दा पूरा पक्का। ले आ गया गुरचरण भी। सॉरी बीरे मैं लेट हो गया नाले इन्नी एमरजेंसी च बुलाया मैनू की पता लग गया। बीरे पता लग गया आ जिहड़ा नोटिस आया आ करजा किने लिया। किने लिया बीरे? अंदाजा लगा कौन हो सकता। ओ बीरे तू अंदाजे नू छड़ यार तू सही दस कि किने लिया वा पर नोटिस तो गुरचरण दे नां दा वा। बीरे अंदाजे दूजे सारे फेल होए हुए आ तुसी मैनू दस दो किने लिया करजा। गुरचरण बीरे मैनू दस दो ये भी शर्म आ रही है कि ये करजा तेरे नाम ते तेरे भरा गुरप्रीत नहीं लिया। कपड़े फेर डिग पे लिया चक्का मसा पे। मम्मी जी रुको तुसी कहते चुक रहे हो तुसी मेनू आवाज मार देंदे मैं चक दिनी हाँ थोड़ी पिठ दे विच फेर दर्द होने लग जाना। मिंदो मेरा किन्ना कर दिया हे रब्बा बस ऐं प्यार बनाई रखी। मम्मी अगे तो कोई भी काम होंदा ना बस तुसी एक आवाज मार दिया करो मैं अपने आप कर दिया करूंगी पर तुसी ना करया करो अलमारी च रखने हैं। हाँ पुत मैं रख दिनी हाँ। मम्मी जी जे थोड़े को टाइम हैगा मैं थोड़े नाल एक गल करनी सी। कमाल कर दी हाँ टाइम नू की है वो काम धंधे तो हुंदे ही रहने ने तू गल दस पुत की गल करनी है। मैनू समझ ही नहीं आ रहा मम्मी भी मैं थोड़े ना किमें गल करा करा भी क ना करा पर थोनू तो सारे ही पता ना असी केड़े हालात दे विचों लंघे हाँ ते इन्हां दिनां दे विच असी की से हाँ। उन्हां गल्लां तो बाद एक कहंदे मैं अपना फैक्टरी का काम उसे लिए ते लैके जाना जिथे मैं छड्डिया सी। ये तो बहुत खुशी की गल है भी देव अपने काम वल ध्यान दे रहे। हाँ जी मम्मी ध्यान तो यह पूरा दे रहे ने दिन रात मेहनत भी कर रहे ने पर मेहनत के नाल नाल पैसे की भी लोड़ आ जिहड़ा साढ़े कोल है नहीं। मैनू लगता मैनू मम्मी पैसे वाली गल करनी नहीं सी चाहीदी तुसीं तां पहले ही साढ़े ते इन्ने पैसे खर्च किए आ कोई गल नहीं असी औखे सौखे सार लाँगे। मिंदो मेरी गल सुन के जाई। हाँ जी मम्मी। तू की कहंदी सी भी मैं थोड़े ते बहुत पैसा खर्च किया पुत उस पैसा खर्च किए दा मैनू कोई अफसोस नहीं मैं कहड़ा किसी गलत जगह ते लाया अपने धी पुत ते ही लाया। तू देव नू कह भी वह फैक्ट्री दे विच कम चलावे पैसों की कोई चिंता ना करे जिन्ने पैसे चाहिए ने मैं दे दूंगी। मम्मी तुसी किन्ने चंगे हो। हुण देखियो मम्मी थोड़ा पुत दिन दुगनी ते रात चौगनी किवें तरक्की करदा। थोड़े पुत नू तां हजे पता भी नहीं ये तां थोड़ी नूह ने स्कीम लाई है। मैं तो मिंदो नूं आ कुछ करन नूं कहा ही नहीं। लो जी थोड़ा काम तो मैं करे आई हुण तुसी मेरा काम करो। मिंदो एहो जिहा केड़ा काम जेड़ा मैं तेनूं कहा नहीं ते तू करे आई। ओ जरूरी थोड़ा भी कहे ते कुछ करना। मम्मी ने अपनी जमीन हिस्से बहिंदी सारिआं नूं वंडती ते अपना हिस्सा बेच के अपना कर्जा लाता पर देव शायद तुसी भुल गए जेड़ा उस जमीन दे विच अपना हिस्सा बनता सी ना वो हजे तक आपां नहीं मिलिया। साफ साफ दस तू की कहना चाहनी है तेरी गल मेरे पल्ले नहीं पैंदी पई। पल्ले भी पऊगी ते समझ भी लगूगी मम्मी ने जेड़ा आपां नूं हिस्सा दिता ना वो मम्मी का फर्ज बनता सी अपने पुत नूं देना पर जेड़ा हिस्सा मम्मी ने आपां नूं दिता नहीं ना मैं ओदी गल करके आई हाँ। बस एक बार ना कागज़ अपने हाथ दे विच आ जाना
फिर मम्मी मम्मी दे हाथ वास कुछ नहीं रहना। आ मम्मी दी ना फिर सेवा भी करन दी कोई लोड़ नहीं। जिवें कागज अपने नाम ते हुंदे ने ना, मम्मी नू बाहर दा रस्ता दिखा दो। मतलब? मतलब साफ आ, मम्मी नू बिरधा आश्रम छड्डे आयो। बंदा, ओ तेरा दिमाग खराब आ, तेनूं पता तू की गल करदी पई आ? ओ मेरी मां ओ जिहनूं तू घरों बाहर कढ़न दी गल करदी आ, ਇਹ ਨਹੀਂ ਹੋਣਾ। ਤੁਹਾਨੂੰ ਆ ਕੀ ਹੋ ਗਿਆ? ਇੱਕ ਵਾਰ ਧਿਆਨ ਨਾਲ ਸੋਚੋ, ਮੰਮੀ ਦੀ ਨਾ ਉਮਰ ਹੋ ਰਹੀ ਆ, ਉਹ ਬੁੱਢੇ ਹੋ ਰਹੇ ਨੇ, ਉਹ ਗਾਹਾਂ ਗਾਹਾਂ ਉਹਨਾਂ ਨੂੰ 100-100 ਬਿਮਾਰੀਆਂ ਲੱਗਣੀਆਂ ਨੇ, ਤੇ ਫਿਰ ਉਹਨਾਂ ਨੂੰ ਦਵਾਈ ਕੌਣ ਦਵਾਊਗਾ? ਮੇਰੇ ਤੋਂ ਨਹੀਂ ਸਾਂਭ ਹੋਣੀ ਉਹਨਾਂ ਦੀ। ਐ ਕੋੜਾ ਕੋੜਾ ਨਾ ਦੇਖੋ, ਮੇਰੀ ਆਹ ਉਮਰ ਘੁੰਮਣ ਫਿਰਨ ਦੀ ਆ, ਨਾ ਕਿ ਤੁਹਾਡੀ ਮਾਂ ਦੀ ਸੇਵਾ ਕਰਨ ਦੀ। ਜੇ ਤੇਰੀ ਉਮਰ ਘੁੰਮਣ ਫਿਰਨ ਦੀ ਆ ਨਾ, ਤਾਂ ਇਹ ਨਾ ਭੁੱਲ ਕਿ ਤੇਰੇ ਤੇ ਮੰਮੀ ਵਾਲੀ ਉਮਰ ਵੀ ਆਉਣੀ ਆ ਸੇਵਾ ਕਰਾਉਣ ਦੀ। ਕੀ ਹੋ ਜਾਂਦਾ ਤੁਹਾਨੂੰ? ਆਪਣੀ ਮੰਮੀ ਪਿੱਛੇ ਤੁਸੀਂ ਮੈਨੂੰ ਬੋਲਦੇ ਪਏ ਹੋ, ਐ ਤਾਂ ਕੱਲ ਨੂੰ ਤੁਸੀਂ ਆਪਣੀਆਂ ਭੈਣਾਂ ਪਿੱਛੇ ਵੀ ਮੈਨੂੰ ਬੋਲੋਗੇ? ਹਾਂ ਬੋਲੂੰਗਾ, ਜਿੱਥੇ ਤੂੰ ਗਲਤ ਹੋਏਗੀ ਉੱਥੇ ਮੈਂ ਬੋਲੂੰਗਾ, ਚਾਹੇ ਤੂੰ ਮੇਰੀ ਮਾਂ ਕਰਕੇ ਗਲਤ ਆ, ਚਾਹੇ ਤੂੰ ਮੇਰੀਆਂ ਭੈਣਾਂ ਕਰਕੇ ਗਲਤ ਆ। ਲੱਗਦਾ ਤੁਸੀਂ ਭੁੱਲ ਗਏ ਹੋ ਵੀ ਉਹਨਾਂ ਨੇ ਆਪਣੇ ਨਾਲ ਕੀ ਕੁਛ ਕੀਤਾ ਸੀ, ਆਪਾਂ ਨੂੰ ਬੇਘਰ ਹੋਣ ਲਈ ਮਜਬੂਰ ਕਰਤਾ ਸੀ। ਮੈਂ ਤਾਂ ਜਿਹੜਾ ਭੁੱਲਿਆ ਸੀ ਪਰ ਜਿਹੜੀਆਂ ਗੱਲਾਂ ਤੂੰ ਮੈਨੂੰ ਭੁਲਾਈਆਂ ਨੇ ਉਹ ਵੀ ਚੇਤੇ ਕਰ ਲਾ। ਉਹਨਾਂ ਦੇ ਕਰਕੇ ਆਹ ਘਰ ਤੇ ਫੈਕਟਰੀ ਵਾਪਸ ਮਿਲੀ ਸੀ ਮੈਨੂੰ। ਉਹ ਮੇਰੀਆਂ ਭੈਣਾਂ ਨੇ ਮੇਰਾ ਕਿੰਨਾ ਕੀਤਾ, ਮੇਰੀ ਮਾਂ ਮੇਰਾ ਕਿੰਨਾ ਕਰਦੀ ਪਈ ਆ, ਤੇ ਤੂੰ ਹਰ ਟਾਈਮ ਸਾਡੇ 'ਚ ਫਰਕ ਪਾਉਣ ਦੀਆਂ ਗੱਲਾਂ ਕਰਦੀ ਆ। ਮੇਰੇ ਦਿਮਾਗ 'ਚ ਕਿਤੇ ਨਾ ਕਿਤੇ ਚੱਲਦਾ ਸੀ ਕਿ ਜਿਹੜੀ ਮਾਂ ਦੇ ਨਾਲ ਮੈਂ ਇੰਨਾ ਕੁਛ ਗਲਤ ਕੀਤਾ ਉਹ ਮੇਰਾ ਦੁਬਾਰਾ ਕਿਉਂ ਸੋਚਦੀ ਪਈ ਆ, ਜਿਹੜੀਆਂ ਭੈਣਾਂ ਦੇ ਨਾਲ ਮੈਂ ਇੰਨਾ ਗਲਤ ਹੋਇਆ, ਉਹਨਾਂ ਨੂੰ ਬਰਬਾਦ ਦੇਖਣਾ ਚਾਹੁੰਦਾ ਸੀ, ਉਹਨਾਂ ਨੇ ਸਾਰਾ ਕੁਛ ਭੁੱਲ ਕੇ ਮੈਨੂੰ ਗਲੇ ਲਾਇਆ। ਉਹ ਮੇਰੇ ਲਈ ਅਰਦਾਸਾਂ ਕਰਦੀਆਂ ਨੇ ਕਿ ਸਾਡਾ ਭਰਾ ਸੁਖੀ ਵਸੇ। ਮੈਂ ਗਲਤ ਸੀ ਜਦੋਂ ਤੂੰ ਆਹ ਗੱਲ ਕੀਤੀ ਆ ਨਾ ਕਿ ਮੰਮੀ ਨੂੰ ਬਿਰਧਾ ਆਸ਼ਰਮ ਛੱਡਿਆ, ਉਦੋਂ ਮੈਨੂੰ ਯਕੀਨ ਹੋ ਗਿਆ ਕਿ ਮੇਰੀ ਇਸ ਗਲਤੀ ਦੇ ਪਿੱਛੇ ਤੂੰ ਆ। ਦੇਵ, ਮੈਨੂੰ ਲੱਗਦਾ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਵੀ ਤੁਸੀਂ ਕਹਿ ਕੀ ਰਹੇ ਹੋ। ਉਹ ਤੁਹਾਨੂੰ ਪਤਾ ਅੱਜ ਤੱਕ ਮੈਂ ਜੋ ਕੁਛ ਵੀ ਕੀਤਾ ਸਿਰਫ ਤੁਹਾਡੇ ਲਈ ਕੀਤਾ। ਮੇਰੇ ਲਈ ਤੂੰ ਅੱਜ ਤੱਕ ਕੁਛ ਨਹੀਂ ਕੀਤਾ, ਤੂੰ ਜਿਹੜਾ ਕੁਛ ਵੀ ਕੀਤਾ ਨਾ ਆਪਣੇ ਕਰਕੇ ਕੀਤਾ ਤੇ ਪੈਸਿਆਂ ਕਰਕੇ। ਉਹ ਕੱਲ੍ਹ ਨੂੰ ਤੈਨੂੰ ਪੈਸਾ ਮਿਲ ਜੇ ਤੂੰ ਤਾਂ ਮੈਨੂੰ ਵੀ ਛੱਡ ਦੇਂਗੀ। ਜਿੱਦਾਂ ਤੂੰ ਮੇਰੀ ਮਾਂ ਨੂੰ ਕਹਿਤਾ ਕਿ ਬਿਰਧਾ ਆਸ਼ਰਮ ਛੱਡਿਆ, ਤੇਰੇ ਕੋਲ ਸਾਰਾ ਕੁਛ ਆ ਜਾਵੇ, ਤੂੰ ਤਾਂ ਰੱਬ ਨੂੰ ਵੀ ਟੱਬ ਕਹਿਣ ਲੱਗ ਜਾਏਂਗੀ। ਦੇਵ, ਇਹ ਜ਼ਿਆਦਾ ਹੋ ਰਿਹਾ ਕੁਛ, ਹੁਣ ਮੇਰੀ ਵੀ ਜਿੱਦ ਆ, ਇਸ ਘਰ ਦੇ ਵਿੱਚ ਜਾਂ ਤਾਂ ਮੈਂ ਰਹੂੰਗੀ ਜਾਂ ਤੁਹਾਡੀ ਮਾਂ ਰਹੂਗੀ, ਇਹ ਹੁਣ ਤੁਸੀਂ ਸੋਚੋ ਵੀ ਤੁਸੀਂ ਕਿਹਦੇ ਨਾਲ ਰਹਿਣਾ। ਆਹੀ ਧਮਕੀਆਂ ਦੇ ਕੇ ਮੇਰਾ ਸਾਰਾ ਦਿਮਾਗ ਖਰਾਬ ਕੀਤਾ ਪਿਆ ਸੀ ਤੂੰ। ਗੱਲ ਸੁਣ ਧਿਆਨ ਨਾਲ, ਜਨਾਨੀ ਤਾਂ ਮੈਨੂੰ ਹੋਰ ਵੀ ਮਿਲ ਜੂਗੀ, ਮਾਂ ਦੁਬਾਰਾ ਨਹੀਂ ਮਿਲਣੀ। ਤੂੰ ਜਿੱਥੇ ਜਾਣਾ ਜਾ, ਮੈਂ ਤਾਂ ਆਪਣੀ ਮਾਂ ਦੇ ਨਾਲ ਹੀ ਰਹੂੰਗਾ। ਪਰ ਵੀਰੇ, ਮੈਨੂੰ ਇੱਕ ਗੱਲ ਸਮਝ ਨਹੀਂ ਆਈ, ਗੁਰਪ੍ਰੀਤ ਵੀਰੇ ਨੇ ਮੇਰੇ ਨਾਂ 'ਤੇ ਲੋਨ ਕਿਵੇਂ ਲੈ ਲਿਆ? ਇਹੀ ਤਾਂ ਮੈਂ ਸੋਚ ਰਿਹਾ, ਬੈਂਕ ਲੋਨ ਦੇਣ ਤੋਂ ਪਹਿਲਾਂ ਬਹੁਤ ਕੁਛ ਵੈਰੀਫਾਈ ਕਰਦੀ ਆ, ਬੰਦਾ ਕਿੱਥੋਂ ਦਾ, ਕਿੱਥੇ ਰਹਿੰਦਾ, ਕੀ ਕਰਦਾ। ਮੈਨੂੰ ਲੱਗਦਾ ਤੇਰੇ ਭਰਾ ਨੇ ਕਿਸੇ ਬੈਂਕ ਦੇ ਬੰਦੇ ਨੂੰ ਬਹੁਤ ਮੋਟੀ ਰਕਮ ਦਿੱਤੀ ਆ। ਮੈਨੂੰ ਇੱਕ ਗੱਲ ਦੱਸ, ਜਦੋਂ ਤੂੰ ਆਪਣੇ ਘਰੋਂ ਨਿਕਲਿਆ ਸੀ, ਆਪਣੇ ਸਾਰੇ ਪਰੂਫ, ਮੇਰਾ ਮਤਲਬ ਆਧਾਰ ਕਾਰਡ, ਵੋਟਰ ਕਾਰਡ, ਇਹੋ ਜਿਹੀਆਂ ਚੀਜ਼ਾਂ ਸਾਰੀਆਂ ਲੈ ਕੇ ਨਿਕਲਿਆ ਸੀ? ਨਹੀਂ ਵੀਰੇ, ਮੈਂ ਜਦੋਂ ਉਸ ਘਰ 'ਚੋਂ ਨਿਕਲਿਆ ਸੀ ਤਾਂ ਖਾਲੀ ਹੱਥ ਹੀ ਨਿਕਲਿਆ ਸੀ, ਮੈਂ ਕੋਈ ਸਮਾਨ ਨਹੀਂ ਚੱਕਿਆ। ਗੁਰਚਰਨ, ਇੱਥੇ ਤਾਂ ਤੂੰ ਗਲਤੀ ਕਰਤੀ, ਇਹੀ ਗਲਤੀ ਦਾ ਤਾਂ ਤੇਰੇ ਭਰਾ ਨੇ ਫਾਇਦਾ ਚੱਕਿਆ। ਕਦੇ ਵੀ ਆਪਣੇ ਪਰੂਫ ਐਂ ਕਿਤੇ ਛੱਡ ਕੇ ਨਹੀਂ ਜਾਈਦੇ, ਤਾਂ ਹੀ ਤਾਂ ਨੋਟਿਸ ਦੇ ਨਾਲ ਤੇਰੇ ਪਰੂਫ ਲੱਗੇ ਆ। ਵੀਰੇ, ਦਿਲ ਛੋਟਾ ਨਾ ਕਰ, ਮੈਂ ਪਤਾ ਲਗਾ ਕੇ ਛੱਡੂੰਗਾ ਕਿਹੜਾ ਬੈਂਕ ਦਾ ਬੰਦਾ ਤੇਰੇ ਭਰਾ ਨਾਲ ਰਲਿਆ ਹੋਇਆ। ਉਸ ਘਰ ਦਾ ਗੁਰਪ੍ਰੀਤ ਵੀਰੇ ਨੇ ਮੈਨੂੰ 50 ਲੱਖ ਦਿੱਤਾ ਸੀ, 40 ਲੱਖ ਰੁਪਏ ਉਹਨੇ ਮੇਰੇ ਅਕਾਊਂਟ 'ਚ ਪਾਇਆ, 10 ਲੱਖ ਰੁਪਏ ਉਹਨੇ ਮੈਨੂੰ ਨਗਦ ਦਿੱਤਾ। ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਉਹਨੇ ਐਡੀ ਵੱਡੀ ਚਾਲ ਮੇਰੇ ਨਾਲ ਕਿਵੇਂ ਖੇਡਤੀ, ਮੈਂ ਤਾਂ ਕਿਤੇ ਕੋਈ ਸਾਈਨ ਨਹੀਂ ਕੀਤਾ।
ਮੈਨੂੰ ਤਾਂ ਇਹ ਸੀ ਕਿਤੇ ਵੀਰਾ ਬਦਲ ਗਿਆ। ਵੀਰੇ ਇਹ ਤੇਰਾ ਭੁਲੇਖਾ, ਇਹੋ ਜਿਹੇ ਲੋਕ ਕਦੇ ਨਹੀਂ ਬਦਲਦੇ ਹੁੰਦੇ, ਕਿਸੇ ਦੇ ਮਿੱਤ ਨਹੀਂ ਹੁੰਦੇ। ਵੀਰੇ ਮੈਂ ਐਂ ਕਰਦਾ, ਮੈਂ ਇੱਕ ਵਾਰੀ ਗੁਰਪ੍ਰੀਤ ਵੀਰੇ ਕੋਲ ਜਾ ਕੇ ਆਉਂਦਾ, ਉਹਨੂੰ ਪੁੱਛਾਂ ਤਾਂ ਸਹੀ ਉਹਨੇ ਮੇਰੇ ਨਾਲ ਐਂ ਕਿਉਂ ਕੀਤਾ। ਹਾਂ ਵੀਰੇ ਜਾਣਾ ਤਾਂ ਬਣਦਾ ਹੀ ਆ, ਮੈਂ ਵੀ ਚੱਲਾਂ ਤੇਰੇ ਨਾਲ, ਦੇਖੀਏ ਤਾਂ ਸੀ ਕੀ ਕਹਿੰਦਾ ਉਹ। ਨਹੀਂ ਨਹੀਂ ਵੀਰੇ ਤੂੰ ਰਹਿਣ ਦੇ, ਮੈਂ ਜਾਂਦਾ। ਜੇ ਉਹਨੇ ਤੈਨੂੰ ਕੋਈ ਮਾੜੀ ਚੰਗੀ ਗੱਲ ਕਹਿਤੀ ਨਾ, ਮੇਰੇ ਤੋਂ ਸੁਣੀ ਨਹੀਂ ਜਾਣੀ। ਤੂੰ ਬੈਠ, ਮੈਂ ਜਾਂਦਾ। ਗਗਨ ਗੱਲ ਮੈਂ ਤੇਰੇ ਨਾਲ ਵੀ ਕਰਨੀ ਆ, ਪਰ ਇਹ ਨਾ ਸਮਝੀ ਮੈਂ ਤੇਰੇ ਅਤੇ ਗੁਰਚਰਨ 'ਚ ਦਰਾਰ ਪਾਉਣ ਲੱਗਿਆ। ਕੀ ਮਤਲਬ ਵੀਰੇ, ਮੈਂ ਸਮਝਿਆ ਨਹੀਂ ਗੱਲ ਨੂੰ। ਇਸ ਵਾਰ ਗੁਰਚਰਨ ਦੀ ਹਾਲਤ ਬਹੁਤ ਬੁਰੀ ਆ, ਉਹਦੇ 'ਤੇ ਕਰੋੜਾਂ ਦਾ ਕਰਜ਼ਾ ਅਤੇ ਉਹਦੀ ਸਾਰੀ ਪ੍ਰੋਪਰਟੀ ਵੀ ਜ਼ਬਤ ਹੋਣੀ ਆ। ਗਗਨ ਮੈਂ ਤੇਰਾ ਵੱਡਾ ਭਰਾ, ਤੇਰਾ ਮਾੜਾ ਨਹੀਂ ਸੋਚੂੰਗਾ। ਹਜੇ ਤੂੰ ਗੁਰਚਰਨ ਨੂੰ ਪੈਸੇ ਨਾ ਦੇਈ, ਨਹੀਂ ਤਾਂ ਤੂੰ ਵੀ ਕਸੂਤਾ ਫਸੇਂਗਾ। ਮੈਨੂੰ ਕਹਿੰਦਾ ਮੈਂ ਜਨਾਨੀ ਦੁਬਾਰਾ ਕਰਨੀ ਆ, ਮਾਂ ਨਹੀਂ ਮੈਨੂੰ ਦੁਬਾਰਾ ਮਿਲਣੀ। ਤੂੰ ਜਨਾਨੀ ਤੋਂ ਬਿਨਾਂ ਰਹਿ ਕੇ ਦਿਖਾ, ਪਤਾ ਤੈਨੂੰ ਫੇਰ ਲੱਗੂ ਵੀ ਬੰਦਾ ਕਿਵੇਂ ਰਹਿੰਦਾ। ਬੈਗ ਪੈਕ ਕਰ ਲਿਆ ਤੂੰ, ਜਮੀ ਜਾਣ ਦਾ ਫੈਸਲਾ ਕਰ ਹੀ ਲਿਆ ਹੈ? ਹਾਂ ਕਰ ਲਿਆ ਮੈਂ ਫੈਸਲਾ ਇਸ ਘਰ ਦੇ ਵਿੱਚੋਂ ਜਾਣ ਦਾ। ਹੋ ਜਿਸ ਘਰ ਦੇ ਵਿੱਚ ਮੇਰੀ ਕਦਰ ਨਾ ਹੋਵੇ ਅਤੇ ਮੇਰੇ ਤੋਂ ਵੱਧ ਕਿਸੇ ਹੋਰ ਦੀ ਕਦਰ ਹੋਵੇ, ਉਸ ਘਰ ਦੇ ਵਿੱਚ ਮੈਂ ਇੱਕ ਪਲ ਵੀ ਨਹੀਂ ਰਹਿ ਸਕਦੀ। ਜਿਹੜਾ ਤੂੰ ਵਾਰ ਵਾਰ ਆਹ ਕਿਸੇ ਕਿਸੇ ਕਹਿੰਦੀ ਹੈ ਨਾ, ਉਹ ਕੋਈ ਕਿਸੇ ਨਹੀਂ, ਮੇਰੀ ਮਾਂ ਉਹ। ਅਤੇ ਜਿਹੜਾ ਬੰਦਾ ਮੇਰੀ ਮਾਂ ਦੀ ਕਦਰ ਨਹੀਂ ਕਰਦਾ, ਉਹ ਮੇਰਾ ਰਹਿਣ ਦੇ ਲਾਇਕ ਵੀ ਨਹੀਂ ਹੈਗਾ। ਅੱਜ ਬੜੀ ਤੈਨੂੰ ਮਾਂ ਦੀ ਕਦਰ ਯਾਦ ਆ ਗਈ ਨਾ, ਜਦੋਂ ਤੂੰ ਆਪ ਆਪਣੀ ਮਾਂ ਦੇ ਨਾਲ ਚਤੁਰਾਈਆਂ ਕਰਦਾ ਸੀ, ਉਦੋਂ ਤੇਰੀ ਪਰਸਨੈਲਿਟੀ ਕਿੱਥੇ ਗਈ ਸੀ? ਮੈਂ ਚਤੁਰਾਈਆਂ ਜ਼ਰੂਰ ਕੀਤੀਆਂ ਨੇ, ਪਰ ਕਿਉਂ? ਜ਼ਮੀਨ ਜਾਇਦਾਦ ਵਾਸਤੇ, ਅਤੇ ਜ਼ਮੀਨ ਜਾਇਦਾਦ ਵਾਸਤੇ ਮੈਂ ਝੂਠ ਬੋਲਿਆ। ਉਹ ਕਿਉਂ ਬੋਲਿਆ? ਕਿਉਂਕਿ ਮੈਨੂੰ ਇਲੈਕਸ਼ਨਾਂ 'ਚ ਪੈਸਾ ਚਾਹੀਦਾ ਸੀ। ਪਰ ਆਪਣੀ ਮਾਂ ਨੂੰ ਘਰੋਂ ਕੱਢਣ ਦੀ ਗੱਲ ਮੈਂ ਸੋਚ ਵੀ ਨਹੀਂ ਸਕਦਾ, ਜਿਹੜੀ ਤੂੰ ਸੋਚ ਕੇ ਬਹੁਤ ਵੱਡੀ ਗਲਤੀ ਕੀਤੀ ਆ। ਦੇਵ ਤੂੰ ਪਛਤਾਏਗਾ, ਜਿਹੜੀ ਮਾਂ ਦੇ ਪਿੱਛੇ ਲੱਗ ਕੇ ਤੂੰ ਮੈਨੂੰ ਘਰੋਂ ਬਾਹਰ ਦਾ ਰਸਤਾ ਦਿਖਾਇਆ ਅਤੇ ਮੈਨੂੰ ਇੰਨੀਆਂ ਗੱਲਾਂ ਸੁਣਾਈਆਂ ਨੇ ਨਾ, ਤੂੰ ਯਾਦ ਰੱਖੀ ਉਹੀ ਮਾਂ ਇੱਕ ਦਿਨ ਤੈਨੂੰ ਘਰੋਂ ਬਾਹਰ ਕੱਢੂਗੀ, ਫਿਰ ਤੈਨੂੰ ਮਿੰਦੋ ਦੀ ਯਾਦ ਆਊਗੀ, ਪਰ ਉਸ ਟਾਈਮ ਤੈਨੂੰ ਮਿੰਦੋ ਨਹੀਂ ਮਿਲਣੀ। ਪਹਿਲੀ ਗੱਲ, ਮੇਰੀ ਮਾਂ ਨੇ ਜੇ ਮੈਨੂੰ ਘਰੋਂ ਬਾਹਰ ਕੱਢਣਾ ਹੁੰਦਾ ਨਾ, ਤਾਂ ਪਹਿਲਾਂ ਹੀ ਕੱਢ ਦਿੰਦੀ, ਕਿਉਂਕਿ ਉਦੋਂ ਸਾਰੀ ਜ਼ਮੀਨ ਜਾਇਦਾਦ ਉਹਦੇ ਕੋਲ ਹੀ ਸੀ। ਉਹਨੇ ਮੈਨੂੰ ਉਦੋਂ ਨਹੀਂ ਬਾਹਰ ਕੱਢਿਆ ਅਤੇ ਹੁਣ ਕਿਵੇਂ ਕੱਢ ਦੂਗੀ? ਦੂਜੀ ਗੱਲ, ਜਿੰਨਾ ਤੇਰੇ 'ਚ ਹੰਕਾਰ ਆ ਚੁੱਕਿਆ ਨਾ ਅਤੇ ਆਕੜ ਆ ਚੁੱਕੀ ਆ, ਇੱਦਾਂ ਦੀ ਮਿੰਦੋ ਮੈਨੂੰ ਚਾਹੀਦੀ ਵੀ ਨਹੀਂ। ਆ ਜਿਹੜਾ ਤੇਰੇ ਸਿਰ ਦੇ ਉੱਤੇ ਮਾਂ ਦਾ ਭੂਤ ਸਵਾਰ ਆ ਨਾ, ਇਹ ਜ਼ਿਆਦਾ ਦੇਰ ਨਹੀਂ ਰਹਿਣਾ। ਇੱਕ ਗੱਲ ਮੇਰੀ ਯਾਦ ਰੱਖੀ, ਜਿੱਥੇ ਪੈਸਾ ਕੰਮ ਆਉਂਦਾ ਨਾ, ਉੱਥੇ ਰਿਸ਼ਤੇ ਕੰਮ ਨਹੀਂ ਆਉਂਦੇ। ਰੁਕ ਜਾ ਮਿੰਦੋ। ਕੀ ਹੋਇਆ ਦੇਵ, ਹੁਣ ਮੈਨੂੰ ਕਿਉਂ ਰੋਕਦੇ ਪਏ ਹੋ? ਮੈਂ ਨਹੀਂ ਰੁਕਣਾ, ਚਾਹੇ ਜਿੰਨਾ ਮਰਜ਼ੀ ਮਨਾ ਲਓ। ਮੈਂ ਰੋਕ ਨਹੀਂ ਰਿਹਾ, ਅਲਮਾਰੀ ਬੰਦ ਕਰਕੇ ਜਾ, ਚੂਹੇ ਵੜ ਜਾਣਗੇ। ਆਪੇ ਕਰ ਲਓ। ਇੱਕ ਮਿੰਟ ਗੱਲ ਸੁਣ, ਕੀ ਕਿਹਾ ਸੀਗਾ ਤੂੰ? ਜਿੱਥੇ ਪੈਸਾ ਕੰਮ ਆਉਂਦਾ, ਉੱਥੇ ਰਿਸ਼ਤੇ ਕੰਮ ਨਹੀਂ ਆਉਂਦੇ। ਇੱਕ ਗੱਲ ਹੋਰ ਸੁਣ, ਜਿੱਥੇ ਰਿਸ਼ਤੇ ਕੰਮ ਆਉਂਦੇ ਨੇ ਨਾ, ਉੱਥੇ ਪੈਸਾ ਵੀ ਕੰਮ ਨਹੀਂ ਆਉਂਦਾ। ਕਿੰਨਾ ਟਾਈਮ ਹੋ ਗਿਆ, ਆਈ ਨਹੀਂ ਹਜੇ ਤੱਕ ਨਵੂ। ਐਂ ਕਰਦੀ ਹਾਂ ਫੋਨ ਕਰਕੇ ਦੇਖਦੀ ਹਾਂ। ਓ ਮੰਮਾ ਦਾ ਫੋਨ। ਹਾਂਜੀ ਮੰਮਾ। ਹੈਲੋ ਨਵੂ, ਕਿੱਥੇ ਆ ਪੁੱਤ? ਹਾਂਜੀ ਹਾਂਜੀ ਮੰਮਾ, ਆ ਗਈ।
बस घर दे नेड़े ही आ, 5 या 10 मिंट ही लगणगे। ठीक है पुत, आ जा तू भी ना, घट नहीं जान के गड्डी रोकी है ना, कि मैं घरों लेट हो जा ते मेरे गाला पै जान। हुण तू यार मेरे ते इल्जाम ला दे, सामने देख किन्ना जाम लग्या होया, हुण मैं गड्डी हवा चढ़ा के ले जावा। ओ ठीक है यार गुरी, गड्डी तोर जाम भी खुल जूगा, उत्तों नेरा दे किन्ना होण वाला। मैडम जी 5:30 बजे नेरा हो जांदा, सर्दियां दे दिन ने, सारे रात यार सुत्ती आई आ, हुण तू उठ के मेरे नाल लड़न लग गई, कोई एक अद्धी प्यार दी गल भी कर ला। गुरी प्यार दियां गल्लां ना आपां बाद च कर लांगे, तू ना छेती गड्डी भजा, एदू पहला मैनू घरों दोबारा फोन आवे ते मेरे दोबारा गालां पै जाण। चल ठीक आ, हुण जे घरे चली आ तां अपने बारे गल जरूर कर ली मम्मी नाल। मैनू घर दा माहौल देखण दो, मैं आपे गल कर लैणी आ, काली ना करो तुसी ना, छेती गड्डी तोरो। मम्मी आ गया मेरा पुत, पता किन्नी देर हो गई तेने उड़ीक दिनों। ले मम्मी तू तो ऐ उड़ीक दी जिवें मैं कनेडा तो आना सी, आ तो आना सी मैं। चाहे कनेडा तो आना होवे चाहे एथों ही आना होवे, मावां नूं तां फिकर हुंदी आ। की देखी जाने हो मम्मी, बाहर की देखदे हो? पुत कल्ली आई है तू, पुत तेरी फ्रेंड नहीं आई नाल? ओहो मम्मी फ्रेंड आई सी, ओना मैनूं बाहरों ही छड्ड के चली गई, ओ भी बड़े दिनों बाद आई सी ना, ओने भी जल्दी घरे जाना सीगा। जो मर्जी है पुत, ऐ चंगा थोड़ी ना लगदा, ओने तैनूं घर तक छड्डिया, ना ओ मैनूं मिली आ ना ओने कुछ खाधा पीता। ले दस मम्मी तुसी का तो टेंशन ले जांदे हो, जदों वापस जाना होगा उदों तुहानूं मैं मिला दूंगी। मम्मी जदों मैं तुहानूं मिलवाऊंगी ना उदों भी इन्नी एक्साइटमेंट ही दिखायो। की मतलब? कुछ नहीं। अच्छा मम्मी पापा कित्थे आ? पापा तेरे पुत कम गए ने, आ जाएंगे तां मिलनी। नाले पुत इधर आ बैठ, मैं तेरे नाल एक गल करनी आ। सचो सच दसेंगी मेरा पुत? हाँ हाँ पुछो, की पुछना? तेरे फ्रेंडा दे विच सहेलियां ही ने ना, कोई मुंडा तां नहीं? मम्मी की गल्लां करी जाने हो, सहेलियां ही होणगियां, मुंडा का तो होना, नाले ना मैं फ्रेश होना आ, मैं आनी हाँ जरा। मैं तो चली सी, आ हुण कौन आ गया? हाँ जी किनू मिलना तुसे? किनू मिलना? गुरप्रीत बीरे नू मिलना जी, बुलायो जरा। गुरप्रीत? इत्थे कोई गुरप्रीत नहीं रहिंदा, शायद तुहानूं कोई गलत फहमी हुई है। इत्थे नहीं रहिंदे? ए तुसी की कही जांदे हो? किते तुसी उन्हां दी गलत नहीं करदे जिहड़े इत्थे पहलां रहिंदे सी? पर ए मकान असी हुण उन्हां तों खरीद लिया। तुसी खरीद लिया? मतलब साफ आ बीरे, जिन्हां बारे तुसी पुछ रहे हो ना ओह हुण इत्थे नहीं रहिंदे, इस घर दे मालक हुण असी आ, ओह नहीं। ਤੁਸੀਂ ਮਾਲਕ ਹੋ? ਐ ਉਹਨਾਂ ਨੇ ਮੇਰੇ ਤੋਂ ਬਿਨਾਂ ਪੁੱਛੇ ਤੁਹਾਨੂੰ ਮਕਾਨ ਕਿਵੇਂ ਵੇਚਤਾ? ਆ ਕੀ ਗੱਲਾਂ ਕਰੀ ਜਾਂਦੇ ਹੋ ਭਾਈ ਸਾਹਿਬ, ਅਗਲਾ ਮਕਾਨ ਦਾ ਮਾਲਕ ਸੀ, ਉਹਨੇ ਵੇਚਣਾ ਸੀ ਵੇਚਤਾ, ਅਸੀਂ ਖਰੀਦਣਾ ਸੀ ਅਸੀਂ ਖਰੀਦ ਲਿਆ। ਤੁਸੀਂ ਆਹ ਗੱਲ ਪੁੱਛਣ ਵਾਲੇ ਕੌਣ ਹੋ ਭਾਜੀ? ਮੈਂ ਕੌਣ? ਤੁਸੀਂ ਜਿੰਨਾ ਤੋਂ ਇਹ ਮਕਾਨ ਲਿੱਤਾ ਨਾ, ਮੈਂ ਉਹਦਾ ਛੋਟਾ ਭਰਾ ਵਾਂ। ਇਹ ਤਾਂ ਗੱਲ ਪਤਾ ਨਹੀਂ ਕਿ ਤੁਸੀਂ ਉਹਨਾਂ ਦੇ ਭਰਾ ਹੈਗੇ ਹੋ ਜਾਂ ਨਹੀਂ ਹੈਗੇ, ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਇਹ ਘਰ ਅਸੀਂ ਪੱਕੇ ਕਾਗਜ਼ੀ ਖਰੀਦਿਆ ਔਰ ਇਹਦੀ ਪੱਕੀ ਰਜਿਸਟਰੀ ਅਸੀਂ ਕਰਾਈ ਆ। ਤੁਸੀਂ ਇਹ ਗੱਲ ਮੈਨੂੰ ਦੱਸ ਸਕਦੇ ਹੋ, ਉਹਨਾਂ ਨੇ ਮਕਾਨ ਤੁਹਾਨੂੰ ਕਿੰਨੇ ਦਾ ਵੇਚਿਆ? ਕਿਉਂ ਜੀ ਅਸੀਂ ਤੁਹਾਨੂੰ ਕਿਉਂ ਦੱਸੀਏ? ਦੱਸ ਦਿਓ ਜੀ, ਦੱਸਣ ਨਾਲ ਕਿਹੜਾ ਤੁਹਾਨੂੰ ਕੋਈ ਘਾਟਾ ਪੈ ਚੱਲਿਆ? ਜਿਹਨੂੰ ਘਾਟਾ ਪੈਣਾ ਸੀ ਉਹਨੂੰ ਤਾਂ ਪੈ ਗਿਆ। 2.25 ਕਰੋੜ ਦਾ। ਭੈਣੇ ਤੂੰ ਇੱਕਦਮ ਇੱਥੇ, ਕੀ ਗੱਲ? ਸਭ ਠੀਕ ਤਾਂ ਹੈ? ਕੁਛ ਵੀ ਠੀਕ ਨਹੀਂ, ਜੋ ਕੁਛ ਵੀ ਹੋਇਆ ਤੇਰੇ ਤੋਂ ਤਾਂ ਕੁਛ ਲੁਕਿਆ ਹੀ ਨਹੀਂ ਹੋਇਆ,
पर जो कुछ हो रहा ओदे बारे तेनू बिल्कुल भी नहीं पता। मैं कुछ समझा नहीं, हुण की हो रहा? थोनू ता पता ही आ, मेरे ते देव तो जेड़ियां भी गलतियां होईयां सी उन्हां गलतियां दी असी सारे तो माफ़ी मंग ली सी ते सारे ने सानू माफ़ भी करता सी। भैणे मैनू यह गल्लां सारियां दा पता, पर हुण की होया मैनू यह तो दसो। दसदी हाँ वीरे, जेड़ियां उस टाइम मेरे तो गलतियां होईयां सी ना वो मैनू उही गल्लां बार बार सुनाउंदे आ, कदे देव दी माँ कदे उन्हां दियां भैणां ते कदे जीजे, होर ता होर देव भी सारे नाल मिल के मैनू नीवा दिखाउंदे आ। हुण दसो वीरे मैं की करां? भैणे आह तां बहुत गलत गल आ, जो होया सो होया, ओह गल्लां नूं पिछे छड के थोनू नवीं जिंदगी शुरू करनी चाहीदी आ। जे उही गल्लां दोबारा दोहराई जाऊंगे फिर दसो गड्डी किवें चलू। आही तां गल आ वीरे, पर उन्हां विच्चों कोई नहीं समझदा ते मेरे तो हुण उन्हां दियां गल्लां बर्दाश्त नहीं होईआं, इस करके मैं उन्हां नूं छड के तेरे कोले आ गई। पर भैणे इत्थे तूं गलत आ, तैनू घर नहीं सी छड्डना चाहीदा, तुसीं मैनू बुला लैंदे आपां जीजा जी नाल बह के गल कर लैंदे। थोनू की लगता भी मैं कोशिश की नहीं होनी भी उन्हां नाल बैठ के गल करा समझावा, पर कोई फायदा ही नहीं। देख वीरे हुण मम्मी डैडी तो बाहर रहिंदे ने, इत्थे सिर्फ तुसीं ही हो ते तुसीं भी अपनी भैण की हैल्प नहीं करोगे फिर दसो मैं कित्थे जाऊंगी। भैणे मैं अपने फर्जा तो पिछे नहीं हटदा पिया, पर मैनू एक बार देव ते उहदे घर दे नाल गल तां करनी पैणी आ ना। नहीं नहीं वीरे, तुसी देव नाल कोई गल नहीं करनी, वो आप तां हुण सच्चा बनिया फिरदा ते मैनू सारे दे विच झूठा पाता, नाले जे बाली गल है ना थोनू मेरे तो कोई प्रॉब्लम आ तुसी मैनू इत्थे नहीं रखना तां दसो मैं इत्थों चली जानी आ, मैं कितें होर रह लूंगी। भैणे किदां दी गल्लां करी जानी आ, तेरा अपना घर आ जिवें मर्जी रह। थैंक यू वीरे, चल तुसी बैठो अज थोनू मैं अपने हत्थां नाल चाह बना के लेके आनी आ। आ देखो पुत्र साहब, एक मैं आ कोट लिया ते एक मैं आ कोट लिया, दसो तो किवें दे आ? बुटर साहब। ओ हाँ की कहनी है तू? बुटर साहब मैं कदों दी देख रही हूँ, जदों दे तुसी आए हो ना बड़े चुप चुप बैठे हो, गल की होगी? ओ की दसा मैं तेनू, जदों मैं अज आउंदा पिया सी ना ओ मेरी बेटी दा फोन आया सी, ओने अज घरे आउणा सी, ओ मैनू कहिंदी वी पापा तुसी मैनू लैण आओगे, मैं ना करती, मैं ओनू कहा वी तेरी मम्मी आजू तेनू लैण वास्ते, ओने ओनू भी मना करता, ਉਹ ਕਹਿੰਦੀ ਮੈਂ ਕਿਸੇ ਫਰੈਂਡ ਨਾਲ ਆ ਜਾਊਂ। ਫਿਰ ਇਹਦੇ ਵਿੱਚ ਕੀ ਆ, ਉਹ ਆਪਣੇ ਫਰੈਂਡ ਨਾਲ ਆ ਜਾਊਗੀ, ਇਹਦੇ ਵਿੱਚ ਭਲਾ ਸੋਚਣ ਦੀ ਕਿਹੜੀ ਗੱਲ ਹੈ? ਸੋਚਣ ਦੀ ਗੱਲ ਇਹ ਆ ਕਿ ਉਹ ਫਰੈਂਡ ਕੌਣ ਆ। ਬਸ ਇੰਨੀ ਕੁ ਗੱਲ ਨੂੰ ਲੈ ਕੇ ਪਰੇਸ਼ਾਨ ਹੋਈ ਜਾਂਦੇ ਹੋ? ਅੱਜ ਕੱਲ੍ਹ ਨਾ ਹਰੇਕ ਕਿਸੇ ਦਾ ਕੋਈ ਨਾ ਕੋਈ ਫਰੈਂਡ ਹੁੰਦਾ ਹੀ ਆ, ਨਾਲੇ ਨਾ ਬੱਚੀ ਵੱਡੀ ਹੋ ਰਹੀ ਹੈ, ਆਪਣੇ ਬਾਰੇ ਚੰਗਾ ਮਾੜਾ ਆਪ ਸੋਚ ਸਕਦੀ ਆ। ਉਹ ਇੰਨੀ ਵੱਡੀ ਵੀ ਨਹੀਂ ਹੋਈ ਜਿਹੜਾ ਉਹ ਆਪਣੇ ਫੈਸਲੇ ਆਪ ਕਰ ਸਕੇ। ਕੀ ਆ ਪੁੱਤਰ ਸਾਹਿਬ, ਤੁਸੀਂ ਮੈਨੂੰ ਕਾਤੇ ਖਿੱਚ ਕੇ ਬੋਲੀ ਜਾਂਦੇ ਹੋ, ਨਾ ਮੇਰੇ ਨਾਲ ਆਹ ਗੱਲ ਕਰਨ ਆਏ ਸੀ? ਉਹ ਮੈਂ ਤੈਨੂੰ ਖਿੱਚ ਕੇ ਨਹੀਂ ਬੋਲ ਰਿਹਾ, ਮੈਂ ਤੈਨੂੰ ਦੱਸ ਰਿਹਾ ਕਿ ਮੇਰੇ ਦਿਮਾਗ 'ਤੇ ਇਸ ਗੱਲ ਦੀ ਟੈਨਸ਼ਨ ਆ। ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਹੀ ਕੀ ਆ, ਚੱਲ ਜੇ ਕੋਈ ਮੁੰਡਾ ਫਰੈਂਡ ਹੋਊਗਾ ਵੀ ਤਾਂ ਇਹ 'ਚ ਕੀ ਆ? ਉਹ ਕੀ ਬੋਲੀ ਜਾਂਦੀ ਆ, ਤੇਰਾ ਦਿਮਾਗ ਕੰਮ ਕਰਦਾ ਕਿ ਨਹੀਂ ਕਰਦਾ? ਉਹ ਮੇਰੀ ਧੀ ਆ। ਹਾਂ ਮੈਂ ਕਿਹੜਾ ਕਹਿੰਦੀ ਹਾਂ ਮੇਰੀ ਧੀ ਆ, ਤੁਹਾਡੀ ਧੀ ਆ, ਤੁਹਾਡੇ ਵਰਗੀ ਹੋਊਗੀ। ਮੇਰੇ ਵਰਗੀ ਹੋਊਗੀ? ਉਹ ਮਤਲਬ ਕੀ ਹੈ ਤੇਰਾ ਕਹਿਣ ਦਾ? ਮਤਲਬ ਸਾਫ ਆ ਪੁੱਤਰ ਸਾਹਿਬ, ਉਹ ਕਹਾਵਤ ਨਹੀਂ ਸੁਣੀ ਪੰਜਾਬੀ ਵਿੱਚ, ਜਿਹੋ ਜਿਹੀ ਕੋਕੋ ਉਹ ਜਿਹੇ ਕੋਕੋ ਦੇ ਬੱਚੇ। ਜੇ ਤੁਹਾਨੂੰ ਸ਼ੌਂਕ ਹੈ ਨਾ ਆਪਣੀ ਜ਼ਿੰਦਗੀ ਜੀਣ ਦਾ, ਤਾਂ ਬੱਚਿਆਂ ਨੂੰ ਵੀ ਸ਼ੌਂਕ ਹੈ। ਰਾਜਿਕਾ ਬਕਵਾਸ ਨਾ ਕਰ। ਲੈ ਹੁਣ ਮੇਰੀ ਗੱਲ ਤੁਹਾਨੂੰ ਬਕਵਾਸ ਲੱਗਣ ਲੱਗ ਗਈ, ਸੱਚ ਹੀ ਕਿਹਾ ਮੈਂ, ਝੂਠ ਕਿੱਥੇ ਬੋਲਿਆ? ਇੱਕ ਗੱਲ ਹੋਰ ਬੁੱਟਰ ਸਾਹਿਬ,
ਜਦੋਂ ਤੁਸੀਂ ਮੇਰੇ ਕੋਲ ਆਉਂਦੇ ਹੁੰਦੇ ਆ ਨਾ ਆਪਣੇ ਘਰ ਦੀਆਂ ਟੈਨਸ਼ਨਾਂ ਅਤੇ ਬੱਚਿਆਂ ਦੀ ਟੈਨਸ਼ਨਾਂ ਘਰੇ ਛੱਡ ਕੇ ਆਇਆ ਕਰੋ। ਓਏ ਆ ਕੀ ਬੋਲੀ ਜਾਂਦੀ ਆ ਤੂੰ, ਉਹ ਮੇਰੀ ਟੈਨਸ਼ਨ ਦਾ ਤੈਨੂੰ ਕੋਈ ਫਿਕਰ ਨਹੀਂ। ਮੈਨੂੰ ਫਿਕਰ ਹੈਗਾ ਪਰ ਸਿਰਫ ਤੁਹਾਡਾ, ਤੁਹਾਡੇ ਬੱਚਿਆਂ ਦਾ ਨਹੀਂ। ਨਾਲ ਇੱਕ ਗੱਲ ਹੋਰ ਬੁੱਟਰ ਸਾਹਿਬ, ਜਦ ਤੁਸੀਂ ਆਪਣੀ ਘਰ ਵਾਲੀ ਛੱਡ ਕੇ ਮੇਰੇ ਨਾਲ ਆ ਤਾਂ ਆਪਣੇ ਬੱਚਿਆਂ ਨੂੰ ਕਿਵੇਂ ਰੋਕੋਗੇ? ਆਖਿਰ ਇੱਕ ਦਿਨ ਤਾਂ ਬੱਚਿਆਂ ਨੂੰ ਪਤਾ ਲੱਗਣਾ ਹੀ ਆ ਕਿ ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਹੈ। ਬੁੱਟਰ ਸਾਹਿਬ, ਜਦੋਂ ਤੁਸੀਂ ਆਪਣੇ ਪਿਆਰ ਦੀ ਕਦਰ ਕਰਦੇ ਹੋ ਤਾਂ ਆਪਣੇ ਬੇਟੀ ਦੇ ਪਿਆਰ ਦੀ ਵੀ ਕਦਰ ਕਰੋ। ਰਾਧਿਕਾ, ਆਹ ਗੱਲ ਮੈਨੂੰ ਤੇਰੀ ਪਸੰਦ ਨਹੀਂ ਆਈ। ਮੈਂ ਆਪਣਾ ਤੇ ਆਪਣੀ ਬੇਟੀ ਦਾ ਆਪੇ ਦੇਖ ਲੂੰਗਾ, ਮੈਨੂੰ ਫਾਲਤੂ ਸਲਾਹ ਨਾ ਦੇ। ਉਹ ਮੈਂ ਤੈਨੂੰ ਆਪਣੀ ਚਿੰਤਾ ਦੱਸੀ ਆ, ਇਹ ਨਹੀਂ ਕਿਹਾ ਕਿ ਸੱਚੀ ਉਹਦਾ ਕੋਈ ਮੁੰਡਾ ਫਰੈਂਡ ਆ। ਜੇ ਨਹੀਂ ਹੈਗਾ ਤਾਂ ਹੋ ਜੂਗਾ, ਆਖਰ ਨੂੰ ਕੁੜੀ ਜਵਾਨ ਆ। ਔਕਾਤ ਵਿੱਚ ਰਹਿ, ਜਿੱਥੇ ਰੱਖਿਆ ਨਾ ਉੱਥੇ ਹੀ ਰਹਿ, ਨਹੀਂ ਤਾਂ ਪਟਕਾ ਕੇ ਥੱਲੇ ਮਾਰੂ। ਜਿਹੜਾ ਬੰਦਾ ਆਪ ਡਾਗੀ ਹੋਵੇ ਨਾ ਉਹ ਆਪਣੀ ਔਲਾਦ ਨੂੰ ਕਿਵੇਂ ਰੋਕੇਗਾ? ਇਸ ਥੱਪੜ ਦਾ ਜਵਾਬ ਤਾਂ ਤੁਹਾਨੂੰ ਟਾਈਮ ਹੀ ਦਊਗਾ। ਨੀ ਮਿੰਦੋ, ਮਿੰਦੋ ਮੇਰੇ ਵਾਸਤੇ ਪਾਣੀ ਲੈ ਕੇ ਆਈ। ਕੋਈ ਅੰਦਰ ਆਵਾਜ਼ ਹੀ ਨਹੀਂ ਆਈ, ਦੇਖਾਂ ਤਾਂ ਸਹੀ। ਮਿੰਦੋ ਇਹ ਕਿੱਧਰ ਗਈ? ਇੱਧਰ ਦੇਖਾਂ ਤਾਂ। ਦੇਵ ਤੂੰ ਇੱਧਰ ਇਕੱਲਾ ਹੀ ਬੈਠਾ, ਉੱਧਰ ਮੈਂ ਦੇਖ ਕੇ ਆਈ ਹਾਂ, ਮਿੰਦੋ ਹੈ ਨਹੀਂ। ਮਿੰਦੋ ਕਿੱਥੇ ਹੈ? ਮਿੰਦੋ ਘਰੇ ਨਹੀਂ ਹੈਗੀ। ਉਹ ਮੈਂ ਵੀ ਤਾਂ ਉਹੀ ਕਹਿੰਦੀ ਹਾਂ ਵੀ ਮਿੰਦੋ ਘਰੇ ਨਹੀਂ ਹੈਗੀ, ਕਿਤੇ ਬਾਜ਼ਾਰ ਤਾਂ ਨਹੀਂ ਗਈ? ਨਹੀਂ, ਬਾਜ਼ਾਰ ਨਹੀਂ ਗਈ ਹੈਗੀ। ਬਾਜ਼ਾਰ ਨਹੀਂ ਗਈ, ਫਿਰ ਕਿੱਥੇ ਹੈ ਬੋਲ। ਉਹ ਘਰ ਛੱਡ ਕੇ ਚਲੀ ਗਈ। ਘਰ ਛੱਡ ਕੇ? ਮੈਨੂੰ ਲੱਗਦਾ ਤੈਂ ਹੀ ਕੁਛ ਨਾ ਕੁਛ ਕਿਹਾ ਹੋਣਾ। ਗੱਲ ਕੀ ਹੋਈ ਸੀ? ਐਡੀ ਵੱਡੀ ਵੀ ਗੱਲ ਨਹੀਂ ਹੋਈ ਮੰਮੀ, ਅਤੇ ਨਾਲੇ ਮੈਂ ਉਹਨੂੰ ਇੰਨਾ ਜ਼ਿਆਦਾ ਕੁਛ ਨਹੀਂ ਕਿਹਾ। ਬਸ ਇਹ ਸਮਝ ਲਓ ਵੀ ਉਹਦੀ ਕਰਤੂਤ ਹੀ ਨਹੀਂ ਸੀਗੀ ਇਸ ਘਰ 'ਚ ਰਹਿਣ ਦੀ। ਬੇ ਤੇਰੇ ਦਿਮਾਗ 'ਚ ਫਰਕ ਤਾਂ ਨਹੀਂ ਪੈ ਗਿਆ? ਮੈਂ ਤੇਰਾ ਘਰ ਮਸਾ ਬੰਨਿਆ ਸੀ ਤੂੰ ਉਹਨੂੰ ਜਾਣ ਕਿਉਂ ਦੇਤਾ? ਇੱਕ ਵਾਰੀ ਰੋਕ ਨਹੀਂ ਸਕਦਾ ਸੀ? ਮੰਮੀ ਨਾ ਤਾਂ ਮੈਂ ਉਹਨੂੰ ਜਾਣ ਨੂੰ ਕਿਹਾ ਅਤੇ ਨਾ ਹੀ ਮੈਂ ਉਹਨੂੰ ਜਾਂਦੀ ਨੂੰ ਰੋਕਿਆ। ਤੁਹਾਨੂੰ ਪਤਾ ਉਹਨੇ ਕਿੱਡੀ ਵੱਡੀ ਗੱਲ ਕਹੀ ਸੀ ਤੁਹਾਡੇ ਬਾਰੇ। ਮੇਰੇ ਬਾਰੇ ਇਹੋ ਜਿਹਾ ਕੀ ਕਹਿਤਾ ਉਹਨੇ? ਮੰਮੀ ਇਹੋ ਜਿਹੀ ਗੱਲ ਕਹੀ ਆ ਜਿਹਨੇ ਮੇਰਾ ਸੀਨਾ ਪਾੜ ਕੇ ਰੱਖਤਾ। ਕਹਿੰਦੀ ਆਪਣੀ ਮਾਂ ਨੂੰ ਬਿਰਧ ਆਸ਼ਰਮ ਛੱਡ ਕੇ ਆ। ਤੁਸੀਂ ਦੱਸੋ ਕਿਵੇਂ ਛੱਡ ਕੇ ਆਵਾਂ ਤੁਹਾਨੂੰ ਮੈਂ ਆਸ਼ਰਮ? ਚੱਲ ਵੇ ਉਹੀ ਆਪਣੇ ਕੋਲੋਂ ਗੱਲਾਂ ਮਾਰੀ ਜਾਂਦਾ, ਮੈਂ ਨਹੀਂ ਮੰਨ ਸਕਦੀ ਵੀ ਮਿੰਦੋ ਐਡੀ ਵੱਡੀ ਗੱਲ ਕਹਿ ਦੂਗੀ। ਕਹਿ ਦੂਗੀ ਨਹੀਂ, ਕਹਿਤੀ ਮੈਨੂੰ। ਕਹਿੰਦੀ ਜਾਂ ਆਪਣੀ ਮਾਂ ਨੂੰ ਚੁਣ ਲਾ ਜਾਂ ਮੈਨੂੰ ਚੁਣ ਲਾ। ਪੁੱਤ ਜੇ ਮੇਰੇ ਬਿਰਧ ਆਸ਼ਰਮ ਜਾਣ ਨਾਲ ਤੇਰਾ ਘਰ ਵੱਸਦਾ ਨਾ, ਤੂੰ ਮੈਨੂੰ ਬਿਰਧ ਆਸ਼ਰਮ ਹੀ ਛੱਡਿਆ। ਪੁੱਤ ਬਣ ਕੇ ਤੂੰ ਮਿੰਦੋ ਨੂੰ ਘਰੇ ਲਾਇਆ, ਮੈਂ ਆਪਣੇ ਪੁੱਤ ਦਾ ਘਰ ਉੱਜੜਦਾ ਨਹੀਂ ਦੇਖ ਸਕਦੀ। ਨਹੀਂ ਮੰਮੀ, ਆਹ ਕੀ ਕਹੀ ਜਾਂਦੇ ਹੋ ਤੁਸੀਂ? ਤੁਹਾਡਾ ਪੁੱਤ ਲਾਲਚੀ ਜ਼ਰੂਰ ਆ, ਹਾਂ ਥੋੜ੍ਹੇ ਜਿਹੇ ਪੈਸਿਆਂ ਕਰਕੇ ਆ ਜ਼ਮੀਨ ਜਾਇਦਾਦ ਕਰਕੇ ਮੈਂ ਝੂਠ ਬੋਲ ਸਕਦਾ, ਪਰ ਐਡਾ ਜਿਗਰਾ ਨਹੀਂ ਮੇਰਾ ਕਿ ਮੈਂ ਆਪਣੀ ਮਾਂ ਨੂੰ ਬਿਰਧ ਆਸ਼ਰਮ ਛੱਡ ਕੇ ਆਵਾਂ। ਉਹ ਮੈਨੂੰ ਪਤਾ ਮੰਮੀ ਤੂੰ ਕਿੰਨੀ ਔਖੀ ਹੋ ਕੇ ਸਾਨੂੰ ਪਾਲਿਆ, ਡੈਡੀ ਦੇ ਜਾਣ ਤੋਂ ਬਾਅਦ ਤੂੰ ਪਿਓ ਬਣ ਕੇ ਖੜੀ ਹਾਂ ਸਾਡੇ ਨਾਲ, ਤੂੰ ਪਿਓ ਬਣ ਕੇ ਮੈਨੂੰ ਵਿਆਹਿਆ ਅਤੇ ਮੈਂ ਤੁਹਾਡੀਆਂ ਇਹਨਾਂ ਵਫਾਵਾਂ ਦਾ ਇਸ ਪਿਆਰ ਦਾ ਆਹ ਮੁੱਲ ਦੇਵਾਂ ਕਿ ਤੁਹਾਨੂੰ ਆਸ਼ਰਮ ਛੱਡ ਕੇ ਆਵਾਂ? ਨਹੀਂ ਮੰਮੀ, ਆਹ ਨਹੀਂ ਮੇਰੇ ਤੋਂ ਹੋਣਾ। ਪੁੱਤ ਤੈਨੂੰ ਪਾਲਣਾ ਅਤੇ ਤੇਰਾ ਵਿਆਹ ਕਰਨਾ ਮੇਰਾ ਫਰਜ਼ ਸੀ, ਉਹ ਹਰ ਮਾਂ ਪਿਓ ਕਰਦੇ ਹੀ ਆ। ਤੁਹਾਡਾ ਫਰਜ਼ ਸੀ, ਮੇਰਾ ਫਰਜ਼ ਨਹੀਂ ਕਿ ਤੁਹਾਨੂੰ ਬੁਢਾਪੇ 'ਚ ਸਾਂਭ
हरेक पुत अपने मां प्यो नूं सांभदा ही है ना। मम्मी जो मैं गलतियां कीतियां ना सारियां मिंदो दे पिछे लग के कीतियां ने, उहने मैनूं गल्लां च लाया सी ते हुण तुहाडे ते उहदे च इक जणे नूं चुणन नूं कहिंदी है ना, तां मैं अपनी मां नूं ही चुणूंगा क्योंकि मेरी मां ने मेरिया लाणा साफ कीतियां ने, मेरी मां ने ही मैनूं पालिया, मिंदो ने नहीं। ते थोड़े करके जे मैनूं मिंदो छड्डनी भी पैगी ना तां मैं छड्ड दूंगा। दफा कर मम्मी, आपां नूं लोड़ ही नहीं मिंदो दी, जिथे मर्जी मरे। देख देव, ओह जिद्दां दी मर्जी आ ओह इस घर दी नौं आ, जाके ओनूं मना के लैके आ। मना के लैके आवां? पर मम्मी मैं तेरा पर कोई नहीं सुनना, जाके ओनूं मना के लैके आ। हजे तक नहीं आए हैगे, पता नहीं कित्थे रह गए। आ गए तुसी, इन्ना टाइम कद लग गया, कित्थे सीगे? ओ दसदा तेनू, मैं होटल च सीगा, गगन नाल गल करदा पिया सी रजिस्ट्री दी। ओ तुसी ओ छड्डो, जेड़ा नोटिस आया सी तुसी ओदे बारे तां मेरे कोल कोई गल ही नहीं कीती। अच्छा ओहो, ओ नोटिस बारे हजे तक सोची जानी आ? मनप्रीत ओ नोटिस तां कद्दां निबड़ गया। निबड़ गया किवें? दरअसल मनप्रीत उस दिन ओ बंदा गलती नाल नोटिस आपां नूं दे गया, ओए उहने किसे होर बंदे नूं नोटिस देना सी, ओहदा नाम भी गुरचरण सिंह आ ते ओहदा भी कम होटल दा। अच्छा चलो ठीक आ, वधिया होया निबड़ गया, मेरे दिमाग ते ना इस गल दी बहुत टेंशन सीगी। ओ तैनूं टेंशन लैण दी कोई लोड़ ही नहीं, मनप्रीत तूं टेंशन लै जांदी आ, इसे करके तो मैं तेनू कोई गल दसदा नहीं पिया। ले हुण तुसी की सोचन लग गए? ओ सोचना की आ, मैं तो यही सोच रहा सी कि रब दी मेहर नाल हुण अपने घर एक नवा जी आण वाला, तू बस अपना ते अपने बच्चे दा ध्यान रख्या कर। ओ तो जी मैं रखदी पई आ, जे मैं अपना ख्याल नहीं रख सकदी तुसी तो हैगे हो ना मेरा ख्याल रखण लई। ओए ओ तो मैं रखदा ही आ, मैं तो ओ कहना जदों मैं घर नहीं हुंदा ਉਦੋਂ ਤਾਂ ਤੁਹਾਡੇ ਦੋਨਾਂ ਦਾ ਖਿਆਲ ਤੂੰ ਹੀ ਰੱਖਣਾ। ਹਾਂਜੀ ਹਾਂਜੀ ਮੈਂ ਹੀ ਰੱਖਣਾ, ਤੁਸੀਂ ਫਿਕਰ ਨਾ ਕਰੋ। ਚੱਲ ਠੀਕ ਆ, ਬਾਕੀ ਮੈਂ ਮਾੜਾ ਜਿਹਾ ਕੰਮ ਜਾਣਾ, ਮੈਂ ਆਇਆ ਹੁਣੇ। ਠੀਕ ਆ। ਹੈਲੋ। ਹਾਂ ਹਾਂ ਆਈ। नहीं नहीं बस हूने आनी हाँ, बाला नहीं नहीं बाली वेट नहीं करवाई, मैं आ गई बस। हाँ जी डैडी। की होया डैडी, ऐं कदो देख दे हो मेरे वाल गुस्से नाल? पहला तू दस इन्ना तैयार होके कित्थे चली आ? डैडी मैं ना अपनी फ्रेंड नू मिलन चली सी। केड़ी फ्रेंड नू मिलन चली सी? ओही जेड़ी मैनू उस दिन घरे छड़ के गई सी। देख कुड़िए, इन्ना चिर तो ओहदे नाल होस्टल विच रह के आई आ ते थोड़ी देर पहला तैनू घरे छड़ के गई आ, हुण इन्ना की जल्दी हो गया जेड़ा तैनू दोबारा मिलन चली आ? लै पापा ए च की आ? ओ ए तां तैनू भी पता के की आ, ए काम इत्थे नहीं चलने घूमन घुमाउण वाले। डैडी घूम क्यों नहीं सकदी, की हो गया, मेरे तो कोई गलती हो गई? तुसी मैनू इन्नी उच्ची क्यों बोले? तैनू भी पता कुड़िए क्यों मैं उच्ची क्यों बोलिया, आ इदां दे कपड़े पा के रोज रोज सहेलियां नू मिलन जाना मैनू नहीं पसंद हैगा। डैडी की होया कपड़िया नू, ए तां फैशन आ। फैशन होऊगा पर मैनू नहीं पसंद हैगा। हाँ नाले तेरी पढ़ाई तो पूरी हो गई, जे तू कोर्स कुर्स करना तो दस, वो भी करवा दूंगा, पर तेरिया मनमानियां नहीं इतने चलन देनिया मैं। पापा तुसी मैनू ऐ कदों बोलते पए हो, मैं कुछ गलत किया?
गलत ते सही मैनू ना समझा, तेरा प्यो आ जिहड़ियां गल्लां कहियां ना इहनू पल्ले बन ला, नहीं तो तेरा विआह करन नूं मिंट लाऊं, फिर ना कहीं दस्सिया नहीं। ठीक ही गल हुई, आप जो मर्जी करन, मैं टाइम दिता होया, मैं तो जाऊंगी। पता तो देव नूं होण लगना, जदों रोटी लही लहाई मिलनी नहीं तो तवे ते हाथ सेकने पे। ओ मां तो उहदी कासे जोगी नहीं, उहने कित्थे इहनूं रोटियां ला ला के देणियां ने। मिंदो, हैलो, तुसी इत्थे? तुसी इत्थे की करना आए हो? तेनू लैण आया, चल चलिए। अच्छा, लैण आए हो, मैं चलूंगी थोड़े नाल। बस मैनू एक गल का जवाब दे दो, तुसी अपनी मां नू बिरध आश्रम छड्डिया? देख मिंदो, मैं अपनी मां नू नहीं छड़ सकदा। ऐ करो, फिर तुसी अपनी मां दे नाल ही रहो, मैं नहीं थोड़े नाल जाना। मैनू मेरी मां ने ही इत्थे तेनू लैण वास्ते भेजिया कि जाके मिंदो नू वापस लेके आ। ओ तेरे बारे इन्ना चंगा सोचदे आ ते तू अपने दिल च किन्ना जहर रख्या होया। हो जानी तुसी अपनी मां दे कहण ते इत्थे आए हो। हां, मैनू तां इह सी ਵੀ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੋਣਾ, ਹੁਣ ਤਾਂ ਮੈਂ ਬਿਲਕੁਲ ਵੀ ਨਹੀਂ ਜਾਣਾ। ਮਿੰਦੋ, ਤੇਰਾ ਦਿਮਾਗ ਕੰਮ ਕਿਉਂ ਨਹੀਂ ਕਰਦਾ? ਉਹ ਜਿਸ ਮਾਂ ਨੂੰ ਤੂੰ ਘਰੋਂ ਕੱਢਣ ਨੂੰ ਫਿਰਦੀ ਆ, ਉਹੀ ਮਾਂ ਤੈਨੂੰ ਵਾਪਸ ਬੁਲਾਉਂਦੀ ਪਈ ਆ, ਤੇ ਤੂੰ ਇੱਥੇ ਆਕੜ ਕਰੀ ਬੈਠੀ ਆ ਕਿ ਮੈਂ ਨਹੀਂ ਜਾਣਾ। ਮੰਨ ਮੇਰੀ ਗੱਲ, ਚੱਲ ਚੱਲੀਏ। ਮੈਂ ਤੁਹਾਨੂੰ ਕਿਹਾ ਨਾ, ਜਾਂ ਤਾਂ ਆਪਣੀ ਮਾਂ ਨੂੰ ਰੱਖ ਲਓ ਜਾਂ ਫਿਰ ਮੇਰੇ ਨਾਲ ਰਹਿ ਲਓ। ਮਿੰਦੋ, ਸਿੱਧੀ ਹੋ ਕੇ ਚੱਲ ਪਾ। ਆ ਕੀ ਧੱਕਾ ਮੇਰੇ ਨਾਲ ਕੋਈ? ਉਹ ਜਦ ਮੈਂ ਕਹਿਤਾ ਮੈਂ ਤੁਹਾਡੇ ਨਾਲ ਨਹੀਂ ਜਾਣਾ ਤਾਂ ਨਹੀਂ ਜਾਣਾ। ਵਾਹ ਭੈਣੇ ਵਾਹ, ਕਿੰਨੀ ਝੂਠੀ ਆ ਤੂੰ। ਵੀਰੇ ਤੁਸੀਂ, ਮੈਂ ਦੱਸਦੀ ਹਾਂ ਤੁਹਾਨੂੰ ਸਾਰੀ ਗੱਲ। ਬਸ ਭੈਣੇ, ਮੈਨੂੰ ਕੁਛ ਦੱਸਣ ਦੀ ਲੋੜ ਨਹੀਂ, ਮੈਂ ਤੇਰੀਆਂ ਤੇ ਜੀਜਾ ਜੀ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ। ਸ਼ੱਕ ਤਾਂ ਭੈਣੇ ਮੈਨੂੰ ਪਹਿਲਾਂ ਹੀ ਸੀ ਕਿ ਗਲਤੀ ਜੀਜਾ ਜੀ ਦੀ ਨਹੀਂ ਤੇਰੀ ਆ। ਆ ਕੀ ਗੱਲ ਅਮਰ, ਹੁਣ ਤੈਨੂੰ ਆਪਣੀ ਸਕੀ ਭੈਣ ਝੂਠੀ ਲੱਗਣ ਲੱਗ ਗਈ ਤੇ ਆ ਜੀਜਾ ਸੱਚਾ? ਭੈਣੇ ਮੈਂ ਸਿਰਫ ਸੱਚ ਦਾ ਪੱਖ ਲੈ ਰਿਹਾ ਤੇ ਮੈਨੂੰ ਇਸ ਟਾਈਮ ਜੀਜਾ ਜੀ ਸੱਚੇ ਲੱਗਦੇ ਪਏ ਨੇ। ਮੇਰੀ ਮਨ ਭੈਣੇ, ਤੈਨੂੰ ਇਸ ਟਾਈਮ ਜੀਜਾ ਜੀ ਦੇ ਨਾਲ ਆਪਣੇ ਘਰ ਵਾਪਸ ਜਾਣਾ ਚਾਹੀਦਾ। ਅਮਰ, ਮੈਂ ਉਸ ਘਰ ਦੇ ਵਿੱਚ ਦੁਬਾਰਾ ਵਾਪਸ ਨਹੀਂ ਜਾਣਾ। ਠੀਕ ਆ ਭੈਣੇ, ਫਿਰ ਤੇਰੇ ਲਈ ਇਸ ਘਰ ਦੇ ਦਰਵਾਜ਼ੇ ਵੀ ਬੰਦ ਨੇ। ਮੇਰੇ ਲਈ ਇਸ ਘਰ ਦੇ ਦਰਵਾਜ਼ੇ ਬੰਦ ਨੇ? ਠੀਕ ਆ ਵੀਰੇ, ਫਿਰ ਮੈਂ ਵੀ ਇਸ ਘਰ ਦੇ ਵਿੱਚ ਨਹੀਂ ਰਹਿਣਾ, ਮੈਂ ਇੱਥੋਂ ਚਲੀ ਜਾਂਦੀ ਹਾਂ। ਭੈਣੇ, ਮੇਰੇ ਕਹਿਣ ਦਾ ਮਤਲਬ ਉਹ ਨਹੀਂ ਹੈਗਾ ਜਿਹੜਾ ਤੂੰ ਸਮਝਦੀ ਪਈ ਆ। ਮੈਂ ਠੀਕ ਹੀ ਸਮਝ ਰਹੀ ਹਾਂ, ਹੁਣ ਮੈਂ ਇੱਕ ਪਲ ਹੋਰ ਵੀ ਇਸ ਘਰ ਦੇ ਵਿੱਚ ਰਹਿਣਾ ਨਹੀਂ। ਕੀ ਗੱਲ ਹੋ ਗਈ ਭੈਣੇ, ਅੱਧੀ ਰਾਤ ਨੂੰ ਇਹ ਵਕਤ ਕੱਲੀ ਕਿੱਥੇ ਚੱਲੀ ਆ? ਭੈਣੇ ਬੋਲ, ਤੈਨੂੰ ਪੁੱਛਦਾ ਚੁੱਪ ਕਿਉਂ ਖੜੀ ਆ? ਵੀਰੇ, ਮੇਰੀ ਨਾ ਮੇਰੇ ਘਰ ਵਾਲੇ ਨਾਲ ਲੜਾਈ ਹੋ ਗਈ ਤੇ ਮੈਂ ਘਰ ਛੱਡਤਾ, ਹੁਣ ਮੈਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਇਹ ਮੈਨੂੰ ਵੀ ਨਹੀਂ ਪਤਾ। ਭੈਣੇ, ਰਾਤ ਨੂੰ ਇਹੋ ਜਿਹੇ ਬਥੇਰੇ ਫਿਰਦੇ ਆ,
तेरे वर्गिया कुड़ियां लड़के तो आ जांदियां घरों फिर बाद च पछताउंदियां ने। भैणे मेरी गल मन, घरे वापस चल जा। औरतां लई सब तो सेफ जगह उहदा घर हुंदा आ। इहो जिहे बथेरे मिलने आ हर जगह, मैं बचाउण नहीं आना तैनूं। चल भैणे मैं छड्ड के आना तैनूं। हासा मजाक तो बहुत हो गया, तू ये दस अपने बारे घरे गल की। गुरी ये ना इन्नी सौखी गल नहीं हैगी जिन्नी तुसी समझ रहे हो। बाकी जे मेरे माँ प्यो मेरी गल इन्नी मानते होंगे ना तो मैं कॉलेज दी छुट्टियां हॉस्टल च ना कटदी होंगी। जदों भी मैं छुट्टियां मौके घर फोन करती सी ना, पापा मीटिंगा च बिजी होंगे सी ते मम्मी किटी पार्टीज़ दे विच। ते जे मैं कह दिंदी सी कि मैं अपने आप घर आ जाऊँगी तो वह कह देंदे सी कि तू घर आके की करेंगी, असी तो घर होना नहीं। इन्ना प्यार ना मैनू कदे अपने माँ प्यो तो नहीं मिलया जिन्ना मैनू थोड़े तो मिलया, ते मैं ये प्यार कदे खोना नहीं चाहती। नबू तू फिकर ना कर, मैं हमेशा तेरे नाल। जे तुसी सच्ची हुई मेरे नाल हो तो मैं एक गल कहां, तुसी मनोगे? हाँ हाँ दस की गल। आपां भज के विआह करा लीए। यार ये तू किदां दीआं गल्लां करी जांदी आ, जे मैं तैनू भजा के लैके जाना हुंदा तां मैं तैनू होस्टल चों ना भजा के लै जांदा, पर मैं अपने प्यार की बेइज्जती नहीं करना चाहुंदा। मैं नहीं चाहुंदा हैगा लोग कल नू तेरे ते उंगलां चक्कण, मैं अपने प्यार नू ना इज्जतदार जिंदगी देना चाहुंदा। तुसी मेरे बारे किन्ना सोचदे हो, ते एक मेरे माँ प्यो ने जिन्हां नू कोई फिक्र ही नहीं कि मैं मरां चाहे जीआं। बस तुसी मैनू कदे धोखा ना दिओ नहीं तां मैं मर जूंगी। यार पागल हां तू, किदां दीआं गल्लां करी जांदी आं, जब तेन कहा मैं तेरे नाल हाँ फिर डरन की की लोड़ टेंशन वाला है कुछ नहीं होगा। देव दस कुछ, तू बोलता क्यों नहीं कुछ? की बोला मम्मी, गया सीगा मैं लैन उन्हू पर वह उतों भी चली गई। अमर ने तो पूरा साथ दिता, उन्हें तो इतने तक भी कहता भी जे तू जीजा जी के नाल नहीं जाना ना तो वो घर च भी कोई जगह नहीं। वो तेरा दिमाग खराब है, जब वह रात नू गई है घरों तू वह पिछा नहीं सी कर सकता। मम्मी मैं पिछा किया, पता नहीं किन्नी तेज गई है किधर नू केड़ी गली मुड़ी है मैनू पता ही नहीं लग्या। मैं तीन चार बार गलिया के गेड़ा मारिया मैनू कितने नहीं मिली, हार थक के मैं घरे आ गया। ओ तू तो थक हार के घरे आ गया, ओ बेचारी पता नहीं कित्थे फिरदी होनी है कित्थे नहीं, रोटी पानी खादा हो कि नहीं। मिंदो मिंदो पुत तू कित्थे चली गई सी, मैनू पता किन्नी फिक्र सी, शुक्र है तू आ गई घरे। गल सुन पुत, कन्न खोल के अगे तो यह जी हरकत नहीं करनी, कदे भी घर छड्ड के नहीं जाना। तो मम्मी तुसी इहदियां गल्लां च ना आयो, बहुत चलाक आ ये, दस हुण की करन आई आ? चुप कर वे, तू बोलदा की मैं मेरी धी नूं, जे इस घर च ये नहीं आऊ होर कौन आऊगा? ओ मम्मी थोनू नहीं पता इहने किन्नियां चलाकियां कीतियां ने, इहदे वापस आउण पिछे भी कोई ना कोई चाल होनी आ। इहनूं पुछो की करन आई आ दुबारा, जब इस घर तो सारे नाते तोड़ के चली गई तो दोबारा आने का मतलब ही नहीं बनता। देव अगे कुछ ना बोली, एदा इस घर नाता सी ते हमेशा रहूगा, यह मेरी नौ भी है ते मेरी धी भी। पुत यह बोलदा बोली जान दे, तू एक मिनट रुक मैं हुणे आई। देव मैनू मेरी गलती का एहसास हो गया। एहसास तो तेनू फीता बस्ती च भी होया सी, इत्थे तेनू दोबारा एहसास होया। कल तू फिर कह देंगी भी तेरिया भैणा नाल मैं नहीं वरतना, तेरी माँ नाल मैं नहीं वरतना, मैनू तेरे ते यकीन नहीं हैगा। आ ला पुत जमीन दे कागज, मैं इन्हां ते साइन करते, पर तू हुण घर छड्ड के ना जाए। पुत तू फिक्र ना कर,
ਜਿਵੇਂ ਤੂੰ ਚਾਹੁੰਦੀ ਹੈ ਨਾ ਮੈਂ ਬਿਰਧ ਆਸ਼ਰਮ ਚਲੀ ਜਾਂਦੀ ਹਾਂ ਪਰ ਤੁਸੀਂ ਦੋਨੇ ਜਾਣੇ ਇਕੱਠੇ ਰਹੋ ਮੰਮੀ ਮੈਨੂੰ ਮੇਰੀਆਂ ਗਲਤੀਆਂ ਲਈ ਮਾਫ ਕਰ ਦਿਓ ਨਾ ਤੁਹਾਨੂੰ ਮੈਂ ਬਿਰਧ ਆਸ਼ਰਮ ਜਾਣ ਦੇਣਾ ਤੇ ਨਾ ਮੈਨੂੰ ਕੋਈ ਜਗ੍ਹਾ ਚਾਹੀਦੀ ਆ ਮੰਮੀ ਜਗ੍ਹਾ ਥੋੜੀ ਸੀ ਤੇ ਥੋੜੀ ਹੋਈ ਰਹੂਗੀ ਬਸ ਮੈਨੂੰ ਮੇਰਾ ਪਰਿਵਾਰ ਚਾਹੀਦਾ ਮੇਰੀ ਮਾਂ ਚਾਹੀਦੀ ਆ ਪਾਪਾ ਮੈਂ ਤੁਹਾਨੂੰ ਦੱਸਣਾ ਹੀ ਸੀ ਗੁਰੀ ਬਾਰੇ ਪਰ ਤੁਸੀਂ ਮੈਨੂੰ ਪਹਿਲਾਂ ਹੀ ਦੇਖ ਲਿਆ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤੈਨੂੰ ਉੱਥੇ ਪੜ੍ਹਨ ਭੇਜਿਆ ਸੀ ਨਾ ਕਿ ਇਸ਼ਕ ਲੜਾਉਣ ਜੇ ਤੈਨੂੰ ਕੋਈ ਹੋਰ ਦੇਖ ਲੈਂਦਾ ਉੱਥੇ ਮੇਰੀ ਜਾਣ ਪਛਾਣ ਦੇ ਵਿੱਚ ਉਹ ਮੇਰੀ ਤਾਂ ਨੱਕ ਵੱਢੀ ਗਈ ਸੀ ਨਾ ਉਹ ਮੈਂ ਕੀ ਨਹੀਂ ਕੀਤਾ ਤੈਨੂੰ ਪੜ੍ਹਾਉਣ ਲਿਖਾਉਣ ਵਾਸਤੇ ਤੇ ਤੂੰ ਮੈਨੂੰ ਆਹ ਸ਼ਾਬਾਸ਼ ਦਿੱਤੀ ਆ ਪਾਪਾ ਮੇਰੀ ਗੱਲ ਤਾਂ ਸੁਣੋ ਹੁਣ ਮੈਂ ਤੇਰੀ ਇੱਕ ਨਹੀਂ ਸੁਣਨੀ ਉਹ ਤੂੰ ਮੇਰੀ ਇੱਜ਼ਤ ਰੋਲੀ ਹੈ ਇੱਜ਼ਤ ਹੁਣ ਜੋ ਮੈਂ ਕਹੂੰਗਾ ਉਹੀ ਤੈਨੂੰ ਕਰਨਾ ਪੈਣਾ ਪਾਪਾ ਮੈਂ ਉਹਨੂੰ ਪਿਆਰ ਕੀਤਾ ਤਾਂ ਇਹਦੇ ਨਾਲ ਤੁਹਾਡੀ ਇੱਜ਼ਤ ਘੱਟ ਗਈ ਤੁਹਾਡੀ ਇੱਜ਼ਤ ਉਦੋਂ ਕਿਉਂ ਨਹੀਂ ਘਟੀ ਜਦ ਤੁਸੀਂ ਰਾਧਿਕਾ ਨਾਮ ਦੀ ਔਰਤ ਨਾਲ ਘੁੰਮਦੇ ਫਿਰਦੇ ਸੀ ਕੁੜੀਏ ਚੁੱਪ ਕਰ ਮੈਂ ਹਵਾ ਤਵਾ ਬੋਲਣ ਲੱਗੀ ਆ ਪਾਪਾ ਚੀਕੋ ਨਾ ਚੀਕਣ ਨਾਲ ਸੱਚਾਈ ਨਹੀਂ ਬਦਲ ਜਾਣੀ ਸੱਚਾਈ ਇਹੀ ਆ ਕਿ ਤੁਸੀਂ ਮੰਮੀ ਨੂੰ ਧੋਖਾ ਦਿੱਤਾ ਤੇ ਤੁਹਾਨੂੰ ਕੀ ਲੱਗਿਆ ਸੀ ਕਿ ਮੈਨੂੰ ਕੁਛ ਨਹੀਂ ਪਤਾ ਮੈਂ ਸਭ ਕੁਛ ਜਾਣਦੀ ਹਾਂ ਤੇ ਤੁਸੀਂ ਇਹ ਕਿਉਂ ਭੁੱਲ ਗਏ ਕਿ ਜਿਹੜੇ ਸਮਾਜ ਵਿੱਚ ਤੁਸੀਂ ਰਹਿੰਦੇ ਹੋ ਉਸੇ ਸਮਾਜ ਵਿੱਚ ਮੈਂ ਵੀ ਰਹਿੰਦੀ ਹਾਂ ਤੇ ਲੋਕ ਮੈਨੂੰ ਵੀ ਜਾਣਦੇ ਨੇ ਮੈਨੂੰ ਵੀ ਗੱਲਾਂ ਦਾ ਪਤਾ ਲੱਗਦਾ ਇਹ ਰਸਤੇ ਤੇ ਵੀ ਮੈਂ ਤਾਂ ਤੁਰ ਪਈ ਕਿਉਂਕਿ ਮੈਨੂੰ ਤੁਹਾਡੇ ਤੋਂ ਕਦੇ ਪਿਆਰ ਨਹੀਂ ਮਿਲਿਆ ਮੈਂ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਦੀ ਸੀ ਜਿਹੜਾ ਪਿਆਰ ਮੈਨੂੰ ਤੁਹਾਡੇ ਤੋਂ ਮਿਲਣਾ ਚਾਹੀਦਾ ਸੀ ਉਹੀ ਪਿਆਰ ਮੈਨੂੰ ਗੁਰੀ ਤੋਂ ਮਿਲਿਆ ਪੁੱਤ ਚੜੇ ਮਹੀਨੇ ਤੈਨੂੰ ਪੈਸੇ ਭੇਜਦੇ ਰਹੇ ਹਾਂ ਤੇਰੀ ਪੜ੍ਹਾਈ ਲਿਖਾਈ ਵਾਸਤੇ ਤੇਰੇ ਕੱਪੜਿਆਂ ਵਾਸਤੇ ਤਾਂ ਕਿ ਤੈਨੂੰ ਕਿਸੇ ਚੀਜ਼ ਦੀ ਕਮੀ ਨਾ ਆਵੇ ਨਾ ਹੋਰ ਦੱਸ ਤੈਨੂੰ ਪਿਆਰ ਕਿਵੇਂ ਚਾਹੀਦਾ ਪਾਪਾ ਇਸੇ ਗੱਲ ਦਾ ਤਾਂ ਅਫਸੋਸ ਆ ਕਿ ਤੁਸੀਂ ਕਦੇ ਸਮਝਿਆ ਹੀ ਨਹੀਂ ਕਿ ਪਿਆਰ ਹੁੰਦਾ ਕੀ ਆ ਮੈਨੂੰ ਤੁਹਾਡਾ ਪੈਸਾ ਨਹੀਂ ਚਾਹੀਦਾ ਮੈਨੂੰ ਪਿਆਰ ਚਾਹੀਦਾ ਜਿਹੜਾ ਤੁਹਾਡੇ ਤੋਂ ਕਦੇ ਮੈਨੂੰ ਮਿਲਿਆ ਹੀ ਨਹੀਂ ਕੀ ਤੁਸੀਂ ਮੇਰਾ ਉਹ ਬਚਪਨ ਵਾਪਸ ਮੋੜ ਕੇ ਲਿਆ ਸਕਦੇ ਹੋ ਜਿਹੜਾ ਮੈਂ ਤੁਹਾਡੇ ਨਾਲ ਬਿਤਾਉਣਾ ਸੀ ਤੇ ਉਹ ਪਲ ਮੋੜ ਕੇ ਲਿਆ ਸਕਦੇ ਹੋ ਜੋ ਮੈਂ ਤੁਹਾਡੇ ਨਾਲ ਗੁਜ਼ਾਰਨੇ ਸੀ ਨਹੀਂ ਲਿਆ ਸਕਦੇ ਮੈਂ ਆਪਣਾ ਦੁੱਖ ਸੁੱਖ ਹੋਸਟਲ 'ਚ ਇਕੱਲੀ ਨੇ ਹੰਢਾਇਆ ਤੇ ਇਕੱਲੀ ਕਰਕੇ ਹੀ ਮੈਂ ਗੁਰੀ ਦਾ ਸਹਾਰਾ ਲਿਆ ਪਰ ਪਾਪਾ ਤੁਹਾਡੇ ਕੋਲ ਤਾਂ ਮੰਮੀ ਸੀ ਤੁਸੀਂ ਰਾਧਿਕਾ ਦਾ ਸਹਾਰਾ ਕਿਉਂ ਲਿਆ ਬਸ ਪੁੱਤ ਹੋਰ ਨਾ ਬੋਲੀ ਮੈਂ ਤੋਂ ਜ਼ਿਆਦਾ ਨਹੀਂ ਸੁਣਿਆ ਜਾਣਾ ਇੱਥੇ ਮੈਨੂੰ ਪਤਾ ਮੈਂ ਗਲਤ ਹਾਂ ਅੱਜ ਤੋਂ ਬਾਅਦ ਤੇਰੇ ਪਿਓ ਦਾ ਵਾਅਦਾ ਤੇਰੀ ਮਾਂ ਤੋਂ ਬਗੈਰ ਕਿਸੇ ਹੋਰ ਔਰਤ ਵੱਲ ਨਹੀਂ ਦੇਖੂ ਪਰ ਤੂੰ ਵੀ ਇੱਕ ਵਾਅਦਾ ਕਰ ਤੂੰ ਉਸ ਮੁੰਡੇ ਨੂੰ ਦੁਬਾਰਾ ਨਹੀਂ ਮਿਲੇਗੀ ਪਾਪਾ ਤੁਸੀਂ ਸਮਝਦੇ ਕਿਉਂ ਨਹੀਂ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਹਾਂ ਮੈਂ ਉਹਦੇ ਨਾਲ ਸੱਚਾ ਪਿਆਰ ਕੀਤਾ ਉਹ ਤੂੰ ਤਾਂ ਵਿਆਹ ਕਰਾਉਣਾ ਚਾਹੁੰਦੀ ਹਾਂ ਪਰ ਮੁੰਡਾ ਰਾਜੀ ਆ ਤੇਰੇ ਨਾਲ ਵਿਆਹ ਕਰਾਉਣ ਵਾਸਤੇ ਹਾਂ ਪਾਪਾ ਤੁਸੀਂ ਬਸ ਇੱਕ ਵਾਰੀ ਗੁਰੀ ਨੂੰ ਤੇ ਉਹਦੇ ਪਰਿਵਾਰ ਨੂੰ ਮਿਲ ਲਓ ਫਿਰ ਵੀ ਜੇ ਤੁਹਾਨੂੰ ਉਹ ਪਸੰਦ ਨਾ ਆਇਆ ਤਾਂ ਮੇਰਾ ਵੀ ਵਾਅਦਾ ਆ ਮੈਂ ਕਦੇ ਉਸ ਮੁੰਡੇ ਨੂੰ ਦੁਬਾਰਾ ਨਹੀਂ ਮਿਲੂੰਗੀ ਠੀਕ ਆ ਮੈਂ ਮਿਲਦਾ ਟਾਈਮ ਕੱਢ ਕੇ ਪਰ ਇੱਕ ਗੱਲ ਖਿਆਲ ਰੱਖੀ ਮੇਰੀ ਧੀ ਬਣ ਕੇ ਜੋ ਵੀ ਗੱਲ ਆਪਣੇ 'ਚ ਹੋਈ ਆ ਨਾ ਆਪਣੀ ਮਾਂ ਨੂੰ ਨਾ ਦੱਸੀ ਉਹਦੀ ਨਾਰਾਜ਼ਗੀ ਮੈਂ ਤੋਂ ਸਹੀ ਨਹੀਂ ਜਾਣੀ ਜੇ ਉਹਨੂੰ ਪਤਾ ਲੱਗ ਗਿਆ ਤਾਂ ਉਹਨੇ ਗੁੱਸਾ ਬਹੁਤ ਕਰਨਾ ਮੇਰੇ 'ਤੇ ਠੀਕ ਆ ਪਾਪਾ ਜਿਵੇਂ ਤੁਸੀਂ ਕਹਿੰਦੇ ਹੋ ਇਹ ਗੱਲ ਆਪਣੇ ਵਿੱਚ ਹੀ ਰਹੂਗੀ ਪਰ ਤੁਸੀਂ ਵੀ ਇੱਕ ਮੇਰੇ ਨਾਲ ਵਾਅਦਾ ਕਰੋ ਤੁਸੀਂ ਵੀ ਉਸ ਰਾਧਿਕਾ ਨੂੰ ਕਦੇ ਨਹੀਂ ਮਿਲੋਗੇ ਮਿਲਣਾ ਤਾਂ ਦੂਰ ਤੁਸੀਂ ਉਹਦੇ ਬਾਰੇ ਕਦੇ ਸੋਚੋਗੇ ਵੀ ਨਹੀਂ ਸੋਚੂੰਗਾ ਧੀਏ ਹੁਣ ਮੈਂ ਸਿਰਫ ਆਪਣੀ ਧੀ
ते अपनी घरवाली ते अपने परिवार बारे ही सोचूंगा। हाँ जी हुण दसो की कहना चाहते हो तुसीं? भाजी मैं की कहना, कही तो तुसीं जाने हो कि मैं लोन लिया थोड़े बैंक तो, और मैं थोड़े बैंक तो कोई लोन नहीं लिया, तुसीं मैनू नोटिस भेजता। भाजी जे तुसीं लोन लिया तो ही बैंक ने नोटिस भेजा थोनों, तुसीं देखिया नहीं तुहाडे सारे प्रूफ लगे हुए आ। भाजी मैनू दस सकते हो ये लोन सेंशन केड़े बंदे ने किया? तुसीं की लेना भाजी, जिन्हें मर्जी सेंशन किया होवे, तुसीं अपनी लोन अमाउंट भरो तो वेले होवो। भाजी मैं तां पुछ रहा क्योंकि थोड़े बैंक का ही कोई बंदा मेरे भरा नाल मिलिया होया जिन्हें यह लोन सेंशन किया। तुसीं बैंक ते बहुत बड़ा इल्जाम ला रहे हो, ये चीज़ साबित कर सकते हो तुसीं? भाजी साबित तो मैं हुणे ही कर दूंगा, मेरा इस बैंक च खाता 2019 तो चलता, तो जिस खाते च तुसीं लोन की रकम पाई आ वह खुलिया 2022 च 3 महीने पहला। भाजी जे लोन मैं लेना हुंदा ना तो लोन के पैसे मैं अपने उस खाते च मंगांदा जिहड़ा कि 2019 का चलता, ना कि इस जाली खाते च जिहड़ा 3 महीने पहला खुलिया। तुहाडे किसे बंदे ने मेरे जाली साइन मार के जाली खाता खोलिया, मुड़ के वेरीफिकेशन वाले बंदे नाल मिल के उस खाते च लोन पाया जाली साइन करके। भाजी तुसी एक बारी सिर्फ मेरे कहे ते ना वो वेरीफिकेशन वाले बंदे नू मिला दो जिन्हें मेरे घर और काम की वेरीफिकेशन की आ, अगर उन्हें मेरी वेरीफिकेशन की होगी तो मैनू पछाणदा तो होगा, मैनू जानदा तो हो। भाजी बुलाउण दी की लोड़ आ, जिदे तुसी गल करदे वेरीफिकेशन वाले मुंडे जो पिछे ही बैठा। हाँ भी दस गुरी इन्हां नू मिल के आया सी तू जाके? हाँ जी भाजी, मैं ना एक्चुअली मिलिया इन्हां नू ही सीगा ते इन्हां दी लोन दा मैं कराया सीगा काम। अच्छा मेरा लोन तुसी कीता सी, मेरा पूरा नाम की आ दस्सिओ? तुहाडा भाजी गुरप्रीत सिंह। गुरप्रीत सिंह, चल ठीक आ। हुण इह दस तू मेरे होटल की वेरीफिकेशन भी की थी, घर की भी तू ही की थी? हाँ जी मैं ही करनी सी। अच्छा दसी मेरे होटल की वेरीफिकेशन कितने करके आया सी तू, तो मैं रहना कि एरिए? भाजी ये किदा का सवाल होया इन्ना चलिया कि एक मिनट हैलो फड़ी जानू फड़ी फड़ी जाने। हाँ जी भाजी हुण दसो कौन गलत आ ते कौन सही, भज गया ना थोड़ा बंदा इतों। हुण मैनू ये दसो, मैनू तो बड़े सम्मण भेजे तुसी, हुण मैं कोर्ट तो सम्मण भिजवावां थोनों? मेरे जाली पेपरां ते लोन कीता तुसी, तुसी फ्रॉड करके लोन वंडदे हो लोकां नूं इत्थे। भाई जी बैंक वल्लों मैं माफ़ी मंगदा, बाकी जिहड़ा तुहाडे लोन वाली गल आ उह ते मैं काटा मारदा, जिहड़ा मुंडा वा उह नहीं बख्शिया जाऊगा। भाजी उह मुंडे ने तां कुछ पैसियां करके गलत काम कीता, तुसी फड़ो उहनूं जिन्हें इह लोन खाधा गुरप्रीत, उह मेरा भरा वा जिहदा नाम लै रहा सी उह। टेंशन ना लो वीरे, उन्होंने तो असी पताल चो भी लभ लेंगे जिन्होंने लोन खाधा। जदों तुहानू मिल गए ना एक बारी सानू जरूर दस्सिओ। चंगा मम्मी हुण मैं फोन रख दी आ, स्विच ऑफ करना इन्होंने मना किया होया मैनू फोन चलाउण तों। चलो ठीक आ ओके बाय। पता नहीं कित्थे खेतां च लिया के मारिया, दूर दूर तक कोई नहीं दिखदा, ना बंदा ना बंदे दी जात। लै फड़ रोजी आ तेरी सब्जी भी आ गई, आ फड़ दुध, हुण ना फटाफट चाह बना दे। चाह तां मैं बना दिनी आ, तुसी कित्थे सी इन्ना टाइम, पता कदों दी कल्ली बैठी आ मैं इत्थे, कदों दी डिक्की जानी आ तुहानू। ओह 7 किलोमीटर दा दुध लैके आया मैं, बैठे आपां पता कित्थे आ, रब दीआं जड़ां च। तू तो ऐ कहनी है जिवें घर दे नाल डेयरी हुंदी आ। बस आही सुनना सी मैं, आपां कित्थे बैठे आ, रब दीआं जड़ां च जिथे कोई परिंदा भी नहीं आउंदा, और मेरा इत्थे साह बंद हुंदा, मैनूं ऐ दसो आपां इत्थों कदों निकलना। हुंदा तेरा साह बंद वड्डी दा, उह तां कहिंदे सी मेरी सलाह ना चलो, मेरे दिमाग ना वरतो, मेरियां स्कीमां चलो, आ हुण देख ला तेरियां स्कीमां ने की हाल करते। गलती हो गई मेरे तो, पर मेरे तो इत्थे रह नहीं हुंदा, इत्थे तां मेरी मां ने भी आउण तों जवाब देता। उह मां ने जवाब देता, उह तैनूं तेरी मां कित्थे मिल गई? मिलना कित्थे सी,
वो तो मेरा दिल नहीं सी लगता ता करके मैं फोन किया मम्मी नू। ओ तेनू मैं मना किया सी ना किसी नू फोन नहीं करना किसी ना गल नहीं करनी फिर भी तू टली नहीं। ओ तू क्यों लाया अपनी मां नू फोन तेनू नहीं पता आपा की किया भरा नू धोखा दिता बैंक का 2 करोड़ रुपया खादा ते घर भी वेचिया। ना फिर मैं की करा मैं अपनी मां नाल गल भी नहीं कर सकती इत्थे है कौन जिहदे नाल मैं 4 गल्लां कर सका मैनू ऐ दसो तुसी मैं जावां तां जावां कहड़े खूह च। ओ रोजी मेरी गल सुन ला अगले 1.5 महीने तक तू ए भुल जा तेरे कोई फोन भी हैगा जे तेनू मैं फोन कर दे देख लिया ना तू अपना हिसाब ला ली। ए टाइम कौन आ सकदा मैन लगता मम्मी ना आ गए हुण मैं दस्या सी उहनां नू भी आपां इत्थे आ। ओ तेरा दिमाग खराब आ तू अपनी मां नू पता भी दसदा असीं इत्थे बैठे आ। दसता तां दसता तुसीं जाके गेट खोलो। तेनू की लग्या सी बैंक नाल एडा वड्डा धोखा करके लुक के बह जाएगा। मैं समझ ही नहीं केड़ी बैंक की गल करदे हो तुसीं जिहड़ी बैंक तों तू लोन लिया उस बैंक की गल करदे आ। मैं तां जी कोई लोन नहीं लिया वो तो मेरे भरा ने लिया गुरचरण ने नाले लोन भी उहदे नाम ते ही आ। अच्छा मेरे नाम ते लोन आ वाह भीरे वाह ਉਹ ਡੈਣ ਵੀ ਸੱਤ ਘਰ ਛੱਡ ਕੇ ਵਾਰ ਕਰਦੀ ਆ ਤੂੰ ਤਾਂ ਆਪਣੇ ਭਰਾ ਦਾ ਘਰ ਬਰਬਾਦ ਕਰਨ 'ਚ ਹੀ ਕਸਰ ਨਹੀਂ ਛੱਡੀ। ਵੀਰੇ ਪਹਿਲਾਂ ਵੀ ਤੁਸੀਂ ਮੈਨੂੰ ਬਹੁਤ ਧੋਖੇ ਦਿੱਤੇ ਆ ਮੈਂ ਹਰ ਵਾਰੀ ਤੁਹਾਨੂੰ ਮਾਫ ਕਰਦਾ ਆ ਕਿਉਂ ਕਿਉਂਕਿ ਮੈਂ ਤੁਹਾਡਾ ਛੋਟਾ ਭਰਾ ਹੁਣ ਮੈਂ ਪਰ ਚਾਹ ਕੇ ਵੀ ਤੁਹਾਨੂੰ ਮਾਫ ਨਹੀਂ ਕਰ ਸਕਦਾ ਮੈਂ ਤਾਂ ਚਲੋ ਕਰ ਵੀ ਦਊਂ ਪਰ ਬੈਂਕ ਨੇ ਨਹੀਂ ਮਾਫ ਕਰਨਾ। ਗੁਰਚਰਨ ਇੱਕ ਵਾਰੀ ਗੱਲ ਤਾਂ ਸੁਣ ਤੂੰ ਤੂੰ ਮੇਰਾ ਦਿਓਰ ਵੀ ਆ ते मेरे छोटे भरा वर्गा तू अपनी गंदी जबान तो मेरा ना ना लै भाभी छोटा भरा कहनी है मैनू वो नाले छोटे भरा नूं बर्बाद करन नूं फिरदे सी मेरे नां ते लोन लैके रफू चक्कर हो गए। मैं ना एक कहावत सुनी सी कि सप्प नूं जिन्ना मर्जी दुध पिया लो वह डंग मारनों नहीं हट सकता। मुजरम जिन्ना मर्जी छात्र होवे पर कानून दे हाथ बहुत लंबे हुंदे ने। गुरचरण तू एक बारी फिर सोच ला। ओ मैं तां पहला भी बहुत सोचा ही थोड़े बारे की कहा सी मैनू वीरे नू शुगर इन्ना झूठ इन्निया जालसाजियां हुण मैं चाह के भी नहीं कुछ कर सकता क्योंकि यह धोखा तुसी मैनू नहीं बैंक नू दिता वा। चलो भाई हुण चलो ताड़ी जगह हुण जेल विच आ। ਸਤਿ ਸ਼੍ਰੀ ਅਕਾਲ ਜੀ ਅਮੀਰ ਭੈਣ ਗਰੀਬ ਭੈਣ ਬਹੁਤ ਯਾਦਾਂ ਜੁੜੀਆਂ ਹੋਈਆਂ ਨੇ ਇਸ ਸੀਰੀਜ਼ ਦੇ ਨਾਲ ਇਹ ਅੱਜ ਅੰਤ ਹੋ ਚੁੱਕਿਆ ਜੀ ਇਸ ਕਹਾਣੀ ਦਾ ਸੋ ਇਸ ਟਾਈਟਲ ਦੇ ਨਾਲ ਕਦੇ ਹੋਇਆ ਅਗਲੀ ਵਾਰ ਕਿਤੇ ਦੁਬਾਰਾ ਫਿਰ ਸੀਰੀਜ਼ ਨੂੰ ਲੈ ਕੇ ਆਵਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਪਰ ਜਿਹੜੀ ਹੁਣ ਅਗਲੀ ਸੀਰੀਜ਼ ਆ ਰਹੀ ਆ ਉਹਨੂੰ ਵੀ ਜ਼ਰੂਰ ਪਿਆਰ ਦਿਓ ਕਿਉਂਕਿ ਉਹ ਬਹੁਤ ਜ਼ਿਆਦਾ ਦਿਲ ਦੇ ਕਰੀਬ ਆ ਅਤੇ ਬਹੁਤ ਮਿਹਨਤ ਅਤੇ ਲਗਨ ਦੇ ਨਾਲ ਮਿੰਦੋ ਨੇ ਲਿਖੀ ਆ ਉਹਦੇ ਵਿੱਚ ਸੌਂਗਸ ਵੀ ਨੇ ਉਹਦਾ ਬੈਕਗਰਾਊਂਡ ਸਕੋਰ ਅਮੇਜ਼ਿੰਗ ਅਤੇ ਸਾਡੇ ਲਈ ਵੀ ਇੱਕ ਬਹੁਤ ਵੱਡਾ ਮੌਕਾ ਆ ਜਿਹੜਾ ਤੁਹਾਨੂੰ ਉਹਦਾ ਪਹਿਲਾ ਐਪੀਸੋਡ ਦੇਖ ਕੇ ਹੀ ਪਤਾ ਲੱਗ ਜਾਣਾ ਅਤੇ ਪਹਿਲਾਂ ਹੀ ਮਾਫ਼ੀ ਮੰਗਦੇ ਹਾਂ ਕਿਉਂਕਿ ਉਹਦਾ ਪਹਿਲਾ ਐਪੀਸੋਡ ਹੀ ਬਹੁਤ ਜ਼ਿਆਦਾ ਇਮੋਸ਼ਨਲ ਹੈ ਅਤੇ ਬਹੁਤ ਜ਼ਿਆਦਾ ਕੀ ਕਹਾਂ ਕਿ ਬਹੁਤ ਪਰਿਵਾਰਾਂ ਦੇ ਨੇੜੇ ਆ ਉਹ ਜਿਹੜੀ ਕਹਾਣੀ ਹੈ ਕਿਉਂਕਿ ਇੱਕ ਸੱਚੀ ਕਹਾਣੀ 'ਤੇ ਆਧਾਰਿਤ ਹੈ ਅਤੇ ਅਮੀਰ ਭੈਣ ਗਰੀਬ ਭੈਣ ਇੱਕੋ ਗੱਲ ਕਹੂੰਗਾ ਬੁਰੇ ਕੰਮ ਕਾ ਬੁਰਾ ਨਤੀਜਾ ਜਦੋਂ ਆਪਾਂ ਕਿਸੇ ਲਈ ਬੁਰਾ ਸੋਚਦੇ ਹਾਂ ਜਦੋਂ ਕਿਸੇ ਲਈ ਬੁਰਾ ਕਰਦੇ ਹਾਂ ਤਾਂ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਉਹ ਰੱਬ ਦੇਖਦਾ ਪਿਆ ਕਿਸਮਤ ਤਾਂ ਉਹਨੇ ਲਿਖਣੀ ਹੈ ਉਹ ਅੱਗੇ ਆਪਣੀ ਉਵੇਂ ਪੈਨਸਲ ਚਲਾ ਦਿੰਦਾ ਅਤੇ ਤੁਹਾਡੀ ਕਿਸਮਤ ਉੱਦਾਂ ਦੀ ਲਿਖ ਦਿੰਦਾ ਤੁਸੀਂ ਚੰਗੇ ਕਰਮ ਕਰਦੇ ਹੋ ਤੁਹਾਡੇ ਅੱਗੇ ਚੰਗੇ ਦਿਨ ਆ ਜਾਂਦੇ ਆ ਮਾੜੇ ਕਰਦੇ ਹੋ ਤਾਂ ਮਾੜੇ ਆ ਜਾਂਦੇ ਆ ਪਰ ਕਈ ਵਾਰ ਉਹ ਇੱਥੇ ਹੀ ਤੁਹਾਨੂੰ ਸਾਰੇ ਨਤੀਜੇ ਦਿਖਾ ਦਿੰਦਾ ਤੁਹਾਡੇ ਆਪਣੇ ਕੀਤੇ ਕਰਮਾਂ ਦੇ ਸੋ ਚੰਗੇ ਕਰਮ ਕਰੋ ਚੰਗੀਆਂ ਗੱਲਾਂ ਵੱਲ ਧਿਆਨ ਦਿਓ ਪਰਿਵਾਰ ਨੂੰ ਇੱਕ ਰੱਖੋ ਪਰਿਵਾਰ ਨੂੰ ਜੋੜੀ ਰੱਖੋ
ते बाकी दो सीरीज़, एक नहीं दो सीरीज़ अपनी आ रही है नहीं है, जिन्हां दा अलग अलग सिनेरियो आ, एक बहुत ज़्यादा इमोशनल है, एक बहुत बहुत ज़्यादा इमोशनल है। सो वो तो बाद की कहां मैं, तुसी देखोगे, तुसी जनता जनार्दन हो, असी कोशिश करते हैं कि असी अपने काम नूं होर परफेक्टली लेके आईए, होर डीपली सोच के, होर गहराइयां चो ट्रू इवेंट्स कढ़ के लेके आईए। पर इस सीरीज़ जिहड़ी शुरू हो रही है हुण, उहदे विच टेक्निकल चीज़ां बहुत ने, मतलब कि असी कदे इदां दा शूट नहीं किया, तो असी कदे सोचिया भी नहीं। तो एको गल कहूँगा कि मरिया नूं भी दर्द हुंदा है, क्योंकि मरे भी कदे जिउंदे सी। कुछ इहदे नाल मिलदी जुलदी कहानी है जी, कि बाकी जो तुसी देखोगे ना पहला एपीसोड उदों तुहानूं पता लग ही जाणा मैं उहीं बोली जावां। तो दूजी सीरीज है जिहड़ी मावां ते तीआं, बस मैं यही कहूँगा, बहुत इमोशनल है, तो बहुत ज़्यादा माँ जिनी मर्जी बुढ़ी हो जाए वो अपनी धी नूं प्यार करती रहिंदी है, तो धी भी चाहे जिनी मर्जी बुढ़ी हो जाए वो भी अपनी माँ नूं हमेशा प्यार करती रहिंदी है। सो दस्यो अद्धे नूं समझ आ गया होना जी भी असीं की लैके आ रहे हैं। दोनों कहानियां एक दूजे तो बहुत डिफरेंट ने, ते दोनों कहानियां ते बहुत मेहनत हो रही है। ऐं प्यार करते रहो, इदां ही साथ दिंदे रहो, ते इदां ही लाइक ते शेयर जरूर करते रहो। जिउंदे रहो, वसदे रहो, परिवार जोड़ी रखो। मैनूं तो कुछ कहना पैना दस, असीं नहीं कुछ भी कहांगे, जदों तुसीं साडे एपीसोड देखोगे नवीं सीरीज़ दे तां साडा जिहड़ा काम आ उह बोलूगा, ते तुसीं कमेंटां दे विच दसोगे कि सानूं तुहानूं साडा काम किदां दा लग्गिया। थैंक यू सो मच, प्यार करते रहो, परिवार जुड़े रखो, परिवार नूं एक रखो।